भाई लोगों ने ना कटे कटे बड़े रखे आ चेते करने बड़े औखे आ। लो जी सरदार बहादुर फुमन सिंह फिरोजपुरिया साहब उन्होंने मिलना जी। कम दसो थोड़े नाल मैनू कोई कम नहीं, मैनू फुमन सिंह फिरोजपुरिया नाल कम आ। रांझे दा मामा ते अमरीका दा ओबामा भावे अजकल दोए बेले ने पर उन्होंने मिलना इन्ना सौखा नहीं, तू फिर भी किस्मत आला दास नूं इह फुमन फिरोजपुरिया कहिंदे आ। तैनूं एक बारी गल समझाई समझ नहीं आई, मैं किसी दास दोस नूं नहीं मिलना, मैं सरदार फुमन सिंह फिरोजपुरिया नूं मिलना। कामड़ा कुकड़ दुपहरे वांग ओए कचहरियां चुची उची आवाजा मारन वाले आ, मेरा नाम ही फुमन फिरोजपुरिया। जे हुक्म होवे जनाब दा ते होटल बुक करा दिए 5-7 दिन लई। मैं सल दी तौड़ी ला दूं जां मेरे नाल कोई पुट्टी सिद्धी गल कीती आ तां। ओहो तुसीं ना दसणु तां 10 मिंट लाते, जिहड़ी गल मैं सिखण सिखाउण लई करना आया ना ओहनूं तां फिर तुसीं घट्टो घट्ट 5-7 दिन लाओगे। मैं तां होटल बुक करन दी गल कीती सी, लगदा तुसीं पताया दी फीलिंग लगा। ना सिखण सिखाउण नूं मैं तेरे कोलों सरंगी सिखणी आ। ओ मैं सरंगी नहीं सिखाउणी, तुसीं सिंगिंग सिखाउणी आ, ओह वी साडी किसे छोटी बच्ची नूं। मैं सुनिया तुहाडा पाणजा तुंबी वाले बड़े चंगे आड़े कढ़दा। ना चंगयाड़े कढ़न नूं स्टेन करना, ओए साजां दा अदब करना सिखी दा। ओए इस तों वड्डा की अदब हो सकदा, बच्ची नूं संगीत सिखाउण दे बदले 50,000 रुपया रोटी पानी कार कोठी आ नकद 50,000 रुपया दे रहे हैं, आ चक ना होर तुहानूं छणकना चाहीदा। ओ इन्ने पैसिआं दे विच बच्ची छड़ चाहे पूरे दा पूरा टब्बर संगीत सिख लवे। नहीं नहीं फिलहाल टब्बर चो एक दी मत बजी आ। मेरी गल सुनो, आ लो साडा एड्रैस ते कल नूं टाइम ना आ जाइओ बिलासपुरिया साहब। ओए ओए मेरा नाम बिलासपुरिया नहीं, मेरा नाम फिरोजपुरिया। ओ आ जाइओ टाइम ना, ठीक है। ਕਿੱਥੇ ਲੈ ਆਇਆ? ਏਦਾਂ ਦਾ ਤਾਂ ਰਾਸ਼ਟਰਪਤੀ ਭਵਨ ਹੁੰਦਾ। ਭਾਣਜਿਆ ਕਾਸ਼ ਏਦਾਂ ਦਾ ਪਤਨੀ ਭਵਨ ਹੁੰਦਾ, ਸਾਲਾ ਵਿਆਹ ਕਰਾਉਣ ਦਾ ਸਵਾਦ ਹੀ ਆ ਜਾਣਾ ਸੀ। ਹੁਣ ਤੱਕ ਤਾਂ ਗੀਤਾਂ 'ਚ ਸੁਣਦੇ ਰਹੇ ਹਾਂ ਬਈ ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ। ਉਹ ਨਹਿਰੋਂ ਪਾਰ ਬੰਗਲੇ ਇੰਡੀਆ 'ਚ ਹੁੰਦੇ ਆ, ਇੱਥੇ ਤਾਂ ਨਹਿਰ ਤੋਂ ਆ ਰਹੀ ਐਡੇ ਸੋਹਣੇ ਨੇ, ਪਾਰ ਪਤਾ ਨਹੀਂ ਕਿੱਡੇ ਕੁ ਸੋਹਣੇ ਹੋਣਗੇ। ਅੰਦਰ ਬੰਦੇ ਕਿਹੋ ਜਿਹੇ ਹੋਣਗੇ? ਇਹੋ ਜਿਹੇ ਬੰਗਲਿਆਂ 'ਚ ਜ਼ਿਆਦਾਤਰ ਬਗਲੇ ਭਗਤੀ ਹੁੰਦੇ ਆ। ਚੱਲ ਅੰਦਰ ਚੱਲ ਕੇ ਦੇਖਦੇ ਹਾਂ। ਕਮਾਲ ਹੋ ਗਈ, ਫਤਿਹਪੁਰੀਆ ਸਾਹਿਬ ਸਾਜਰੇ ਹੀ ਪਹੁੰਚ ਗਏ। ਸ਼ਾਇਦ ਠੀਕ ਕਰ, ਮੈਂ ਪਹਿਲਾਂ ਵੀ ਕਿਹਾ ਸੀ ਮੈਂ ਫਿਰੋਜ਼ਪੁਰੀ ਹਾਂ। ਯਾਰ ਜੋ ਵੀ ਹੈਗਾ ਸਮਝ ਤਾਂ ਆਉਂਦੀ ਹੈ ਨਾ, ਲੱਗਦਾ ਰਾਤ ਨੂੰ ਨੀਂਦ ਨਹੀਂ ਆਈ ਜਨਾਬ ਨੂੰ। ਰਾਤਾਂ ਨੂੰ ਉੱਲੂ ਜਾਗਦੇ ਹੁੰਦੇ ਆ, ਅਸੀਂ ਤਾਂ ਨਿੱਤ ਘੋੜੇ ਵੇਚ ਕੇ ਸੋਈਦਾ, ਸਵਖਤੇ ਤਾਂ ਆ ਗਏ ਸੀ, ਸੋਚਿਆ ਜਾ ਕੇ ਪਹਿਲਾਂ ਬ੍ਰੇਕਫਾਸਟ ਕਰ ਲਾਂਗੇ। ਕੋਈ ਗੱਲ ਨਹੀਂ ਬ੍ਰੇਕਫਾਸਟ ਵੀ ਕਰਾ ਦਿੰਦੇ ਹਾਂ, ਪਹਿਲਾਂ ਬੇਬੀ ਨੂੰ ਤਾਂ ਮਿਲ ਲਓ। ਲਓ ਸੈਂਡੀ ਜੀ ਵੀ ਆ ਗਏ। ਇਹ ਬੱਚੀ ਆ? ਮੈਨੂੰ ਤਾਂ ਲੱਗਦਾ ਬੱਚੀ ਖੁੱਚੀ ਆ, ਵਿਆਹ ਤੋਂ ਲੱਗਦਾ ਹਜੇ ਵਿਆਹ ਹੋਇਆ ਨਹੀਂ। ਸਸਿਕਾਲ। ਸਸਿਕਾਲ ਜੀ। ਸਸਿਕਾਲ। ਮੈਂ ਤਾਂ ਜੀ ਤੁਹਾਨੂੰ ਬਿਨਾਂ ਦੇਖਿਆ ਹੀ ਹਿਸਾਬ ਲਾ ਲਿਆ ਸੀ ਕਿ ਐਡੀ ਪਿਆਰੀ ਤੇ ਮਿੱਠੀ ਆਵਾਜ਼ ਤਾਂ ਕਿਸੇ 22 ਈਅਰ ਓਲਡ ਹੌਟ ਸੈਕਸੀ ਤੇ ਗਲੈਮਰਸ ਕੁੜੀ ਦੀ ਹੀ ਹੋ ਸਕਦੀ ਹੈ। ਥੈਂਕ ਯੂ ਸੋ ਮੱਚ ਫॉर द ਕੰਪਲੀਮੈਂਟ। ਆਈ ਐਮ 24। ਚੌਕਈਆ ਅੱਗੇ ਨਹੀਂ ਤਾਂ ਪਿੱਛੇ ਲਾ ਲਿਆ। ਬਕਵਾਸ ਬੰਦ ਕਰ। ਸ਼ਮਸ਼ੇਰ ਜੀ। ਹਾਂਜੀ। ਗੁਰਦਾਸਪੁਰੀਆ ਸਾਹਿਬ ਨੂੰ ਨਾਸ਼ਤਾ ਵਗੈਰਾ ਤਾਂ ਕਰਾਓ। ਹਾਂਜੀ। ਓਏ ਤੂੰ ਦੱਸਿਆ ਮੈਡਮ ਨੂੰ ਮੇਰੇ ਸ਼ਹਿਰ ਦਾ ਪੁੱਠਾ ਨਾ। ਓ ਮੈਂ ਨਹੀਂ ਦੱਸਿਆ ਭੋਗਪੁਰੀਆ ਸਾਹਿਬ। ਤੂੰ ਮੇਰੇ ਕੋਲੋਂ ਨਾ ਵੱਖੀ ਚ ਘਸੋਨ ਖਾ ਲੈਣੇ ਆ। ਮੈਡਮ ਤੁਹਾਨੂੰ ਮੈਂ ਦੱਸਣਾ ਆਪਣੀ ਇੰਟਰੋਡਕਸ਼ਨ। ਹਾਂ। ਮੈਂ ਨਾ ਤਾਂ ਗੁਰਦਾਸਪੁਰੀਆ ਤੇ ਨਾ ਹੀ ਭੋਗਪੁਰੀਆ, ਮੈਂ ਰਾਂਝੇ ਦਾ ਮਾਮਾ ਫਿਰੋਜ਼ਪੁਰੀਆ, ਯਾਨੀ ਕਿ ਫੁੰਮਣ ਫਿਰੋਜ਼ਪੁਰੀਆ।
ਤੁਸੀਂ ਮੈਨੂੰ ਪਿਆਰ ਨਾਲ ਫੁੰਮਣ ਵੀ ਕਹਿ ਸਕਦੇ ਹੋ। ਫੁੰਮਣ, ਓ ਮਾਈ ਗੋਡ, ਸੋ ਕਿਊਟ ਨੇਮ। ਸੁਣ ਲਿਆ ਕਿ ਕਿਊਟ ਦਸਾਂ ਪਿੰਡਾਂ 'ਚ ਮਸਾਂ ਇੱਕ ਨਾ ਹੁੰਦਾ ਫੁੰਮਣ। ਸ਼ਮਸ਼ੇਰ ਜੀ, ਸੌਰੀ, ਮੈਂ ਤੁਸੀਂ ਇਹਨਾਂ ਨੂੰ ਬੇਬੀ ਨਾ ਮਿਲਾਓ, ਉਦੋਂ ਤੱਕ ਮੈਂ ਪਾਰਲੇ ਜਾ ਕੇ ਆਨੀ ਆ। ਓਕੇ, ਅੱਜ ਪਤਾ ਚੱਲਿਆ ਡੋਲਫਿਨ ਨੂੰ ਵੀ ਨਹਾਉਣ ਦੀ ਲੋੜ ਪੈਂਦੀ ਆ। ਥੈਂਕ ਯੂ ਵੈਰੀ ਮੱਚ ਫॉर द ਕੰਪਲੀਮੈਂਟ। ਵਾਂਸ ਅਗੇਨ, ਬਾਏ ਬਾਏ। ਓ ਹੈਲੋ, ਓ ਹੁਣ ਸਮੁੰਦਰ 'ਚ ਗੋਤੇ ਲਾਉਣੇ ਆ, ਬੇਬੀ ਇੱਧਰ ਆ, ਚੱਲ ਹੁਣ ਸਿਆਪਾ ਗੱਲ 'ਚ ਪਾ ਲਿਆ ਮੈਂ। ਹੁਣ ਇਹ ਨੇ ਸਾਡੇ ਬੇਬੀ। ਹੁਣ ਪਤਾ ਲੱਗਿਆ ਪੈਸੇ ਦੀ ਪਾਵਰ ਕੀ ਹੁੰਦੀ ਹੈ। ਆ ਗਿਆ ਨਾ ਪੂਛ ਲਾਉਂਦਾ। ਆ ਜਿਹੜੇ ਜਾਨਵਰ ਨਾਲ ਤੂੰ ਮੇਰੀ ਤੁਲਨਾ ਕੀਤੀ ਹੈ ਨਾ, ਲੋਕ ਉਹਦੀ ਵਫਾਦਾਰੀ ਦੀਆਂ ਮਿਸਾਲਾਂ ਦਿੰਦੇ ਆ। ਮੈਂ ਥੁੱਕਦਾ ਨਹੀਂ ਤੇਰੇ ਪੈਸਿਆਂ ਤੇ। ਜੇ ਮੈਨੂੰ ਪਤਾ ਹੁੰਦਾ ਬੇਬੀ ਤੂੰ ਹੈ, ਮੈਂ ਰਾਤ ਹੀ ਤੇਰੇ ਬਾਠਾਂ ਨੂੰ ਅੱਗ ਲਾ ਕੇ ਹੱਥ ਸੇਕ ਲੈਣੇ ਸੀ। ਰਹੀ ਗੱਲ ਪਾਵਰ ਦੀ, ਆ ਤੇਰੀ ਤਾਂ ਕਾਤ ਹੀ ਕੀ ਆ, ਜੱਟ ਨੇ ਤਾਂ ਕਦੇ ਡੀਸੀ ਦੀ ਧੌਂਸ ਨਹੀਂ ਮੰਨੀ। ਚੱਲ ਮਾਮਾ, ਇਹੋ ਜਿਹੀ ਬਦਮਾ ਕੁੜੀ ਤੇ ਮੈਂ ਆਪਣਾ ਟੈਲੈਂਟ ਵੇਸਟ ਨਹੀਂ ਕਰ ਸਕਦਾ। ਰਾਂਝਿਆ ਗੱਲ ਤਾਂ ਸੁਣ ਯਾਰ, ਇਹ ਤਾਂ ਪਹਿਲਾਂ ਹੀ ਕਰੇਲਾ ਸੀ, ਉੱਤੋਂ ਨਿੰਮ ਟੱਕਰ ਗਈ। ਤਾਰਾਂ ਜੁੜੀਆਂ ਨਹੀਂ, ਪੜਾਕਾ ਪਹਿਲਾਂ ਹੀ ਪੈ ਗਿਆ। ਹੁਸ਼ਿਆਰਪੁਰੀਆ ਸਾਹਿਬ, ਇਹ ਗੱਲ ਮੇਰੇ ਕੋਈ ਪੱਲੇ ਨਹੀਂ ਪਈ। ਤੇਰੇ ਗੱਲ ਇੰਨੀ ਕੁ ਪੱਲੇ ਪੈ ਜਾਵੇ ਕਿ ਮੈਂ ਹੁਸ਼ਿਆਰਪੁਰੀਆ ਨਹੀਂ, ਮੈਂ ਫਿਰੋਜ਼ਪੁਰੀਆ, ਉਹੀ ਬਹੁਤ ਆ। ਬੇਬੀ ਤੁਸੀਂ ਬਾਕੀ ਗੱਲਾਂ ਭੁੱਲ ਜਾਓ, ਬਸ ਮੈਂ ਉਹਨੂੰ ਸਮਝਾ ਬਜਾ ਕੇ ਲੈ ਕੇ ਆਉਣਾ, ਉਹ ਤੁਹਾਨੂੰ ਸੌਰੀ ਬੋਲ ਦੂਗਾ। ਇੱਧਰ ਮੜ ਕੇ ਤੁਸੀਂ ਸੌਰੀ ਬੋਲ ਦਿਓ। ਜੂਲੀਅਟ ਦੀ ਡਿਕਸ਼ਨਰੀ ਵਿੱਚ ਸੌਰੀ ਨਾਂ ਦਾ ਕੋਈ ਵਰਡ ਨਹੀਂ ਹੈ। ਸੌਰੀ ਤਾਂ ਮੇਰੇ ਕੋਲੋਂ ਗਵਾਰ ਮੰਗੂਗਾ, ਮੈਂ ਮਾਫੀ ਮੰਗਾ, ਮਾਫੀ ਮੰਗੇ ਮੇਰੀ ਜੁੱਤੀ। ਮੌਜਾ ਤਾਂ ਉਹਦਾ ਵੀ ਬੜਾ ਅਣਖੀ ਆ, ਮੈਂ ਟਰਾਈ ਕਰਦਾ। ਜਾਓ ਫਿਰ ਮੌਜਾ ਲਾਓ। ਅੱਛਾ, ਇਹਦਾ ਮਤਲਬ ਪੈਸੇ ਹਜੇ ਨਾਲ ਹੀ ਚੱਕੀ ਫਿਰਦਾ। ਮਾਮਾ ਤੂੰ ਇਹ ਠੀਕ ਨਹੀਂ ਕੀਤਾ। ਰਾਜੇ ਦਾ ਵਜ਼ੀਰ, ਫੁੰਮਣ ਦਾ ਤੀਰ ਜਦੋਂ ਵੀ ਚੱਲਦੇ ਆ ਠੀਕ ਹੀ ਚੱਲਦੇ ਆ। ਮਤਲਬ? ਉਹ ਮਤਲਬ ਮਾਮੇ ਦੇ ਪੈਰੀ ਹੱਥ ਲਾ, ਆਸ਼ੀਰਵਾਦ ਖਾ, ਸਿੱਧਾ ਸ਼ੇਰ ਬਣ ਕੇ ਅੰਦਰ ਜਾ, ਉਹ ਇਹ ਆਪਣਾ ਘਰ ਹੀ ਆ। ਆਪਣਾ ਘਰ? ਮਾਮਾ ਤੂੰ ਕਹਿਣਾ ਕੀ ਚਾਹੁੰਦਾ? ਮਾਮਾ ਕੁਛ ਨਹੀਂ ਕਹਿਣਾ ਚਾਹੁੰਦਾ, ਪਰ ਇਹ ਤਸਵੀਰ ਜ਼ਰੂਰ ਕੁਝ ਕਹਿ ਰਹੀ ਹੈ। ਰਾਂਝਿਆ, ਜਿਸ ਮਕਸਦ ਲਈ ਆਪਾਂ ਥਾਈਲੈਂਡ ਆਇਆ ਨਾ, ਸਮਝ ਲਾ ਉਹਦੀ ਮੰਜ਼ਿਲ ਇੱਥੇ ਹੀ ਆ। ਅੱਛਾ, ਤਾਂ ਇਹ ਗੱਲ ਹੈ, ਮੰਜ਼ਿਲਾਂ ਜਿੰਨੀਆਂ ਮਰਜ਼ੀ ਹੋਣ, ਹੁਣ ਤਾਂ ਜੱਟ ਸਾਰੀਆਂ ਹੀ ਸਰ ਕਰਕੇ ਛੱਡੂਗਾ। ਆਈ ਐਮ ਸੌਰੀ ਮੈਡਮ। ਆ ਗਈ ਅੱਕਲ ਟਿਕਾਣੇ, ਹੁਣ ਪਤਾ ਲੱਗ ਗਿਆ ਕਿਵੇਂ ਕੀ ਚੀਜ਼ ਆ। ਜੇ ਪਤਾ ਲੱਗ ਗਿਆ ਤਾਂ ਹੀ ਤਾਂ ਵਾਪਸ ਆਇਆ। ਆਈ ਲਾਈਕ ਇਟ। ਚਲੋ ਜੀ, ਦੇਰ ਆਏ ਦਰੁਸਤ ਆਏ, ਹੁਣ ਤੁਸੀਂ ਇਹ ਦੱਸੋ ਸੰਗੀਤ ਸਿੱਖਣਾ ਕਦ ਤੋਂ ਸ਼ੁਰੂ ਕਰਨਾ? ਐਡੀ ਵੀ ਕਾਹਦੀ ਕਾਲੀ ਹੈ, ਰੋਟੀ ਛੋਟੀ ਖਾਓ, ਪਾਣੀ ਦਾਣੀ ਪੀਓ ਤੇ ਰੈਸਟ ਕਰੋ, ਹੁਣ ਤਾਂ ਟਾਈਮ ਹੀ ਟਾਈਮ ਹੈ ਸਿੱਖਣ ਤੇ ਸਿਖਾਉਣ ਨੂੰ। ਸੈਂਡੀ ਜੀ। ਫੁੰਮਣ ਜੀ, ਤੁਸੀਂ? ਹਾਂਜੀ ਅਸੀਂ। ਗੁੱਸਾ ਨਾ ਕਰੀ, ਤੈਨੂੰ ਮੂੰਹ ਤੇ ਆਵਾਜ਼ ਮਾਰੀ ਆ। ਮੈਂ ਗੁੱਸਾ ਨਹੀਂ ਕਰਦੀ। ਹਾਂਜੀ ਦੱਸੋ। USA ਦੀ ਕੈਂਡੀ ਤੇ ਥਾਈਲੈਂਡ ਦੀ ਸੈਂਡੀ, ਧਰਮ ਨਾਲ ਦੋਹਾਂ ਦਾ ਕੋਈ ਤੋੜ ਨਹੀਂ। ਥੈਂਕ ਯੂ ਸੈਂਡੀ ਜੀ। ਵੈਸੇ ਪੁੱਛਣਾ ਬਣਦਾ ਤਾਂ ਨਹੀਂ, ਫਿਰ ਨਾ ਪੁੱਛੋ। ਚੱਲ ਪੁੱਛ ਹੀ ਲੈਂਦੇ। ਅੱਜ ਸਵੇਰੇ ਸਵੇਰੇ ਕਿੱਧਰ ਪਾਣੀਆਂ ਨੂੰ ਅੱਗ ਲਾਉਣ ਦੀ ਤਿਆਰੀ ਕੀਤੀ ਹੈ? ਮੈਂ ਤਾਂ ਬਿਲੀਅਰਡ ਸਿੱਖਣ ਦੀ ਤਿਆਰੀ ਕਰੀ ਬੈਠੀ ਸੀ। ਓ ਅੱਛਾ ਜੀ। ਜੂਲੀਅਟ ਕੋ ਸਿਖਾਉਣ ਦਾ ਟਾਈਮ ਨਹੀਂ, ਸ਼ਮਸ਼ੇਰ ਜੀ ਕਹਿੰਦੇ ਸੀ ਮੈਂ ਸਿਖਾ ਦਊਂਗਾ, ਉਹਨਾਂ ਦੀ ਵੇਟ ਕਰ ਰਹੀ ਸੀ। ਜਾਦੀ ਸ਼ਤੀਰੀ ਤੇ ਕੈਲਡੀਆਂ ਨੂੰ ਜੱਫੇ, ਹੁਣ ਬਾਂਦਰ ਕਿਲਾ ਖੇਡਣ ਵਾਲੀ ਕੌਮ ਬਿਲੀਅਰਡ ਸਿਖਾਊਗੀ? ਤੁਹਾਨੂੰ ਬਿਲੀਅਰਡ ਆਂਦੀ ਹੈ? ਕੀ ਔਖਾ ਇਸ ਗੇਮ ਦੇ ਵਿੱਚ, ਕਿਲੇ ਨਾਲ ਰੱਸੀ ਬੰਨੀ ਹੁੰਦੀ ਆ, ਮੂਰੇ ਜੁੱਤੀਆਂ ਦਾ ਢੇਰ ਲਾਇਆ ਹੁੰਦਾ। ਮੈਂ ਬਿਲੀਅਰਡ ਦੀ ਗੱਲ ਕਰ ਰਹੀ ਆ। ਹਾਂ, ਮੈਂ ਵੀ ਬਿਲੀਅਰਡ ਦੀ ਗੱਲ ਕਰ ਰਿਹਾ। ਐਫਰਨ ਰੀਨਸ ਔਰ ਰਾਲਫਨ ਗ੍ਰੀਨਫੀਲਡ, ਕਦੇ ਨਾ ਸੁਣਿਆ? ਨਹੀਂ, ਕੌਣ ਹੈ? ਬਿਲੀਅਰਡ ਦੀ ਗੇਮ ਦੇ ਵਰਲਡ ਦੇ ਟਾਪ ਦੇ ਖਿਡਾਰੀ ਨੇ। ਅੱਛਾ ਜੀ। ਮੈਂ ਹੀ ਤੇ ਸਿਖਾਇਆ।
प्लीज फिर मैनू भी सिखाओ ना। अन्ना की भाले दो अख जी। अब मेरा पता आओ ना। हाँ इधर आओ। ओके चुक चुक हुन। अब हाथ ना हिलाओ, बांह हिला सकते। अच्छा सॉरी। यू आर वेलकम। जिस तरह अर्जुन का निशाना सिर्फ मच्छी दी अख सी ना, इसे तरह अपना निशाना वाइट बॉल यानी के क्यू बॉल तो हटा के अपने एम ते टिकाओ। तुसी भी एम ते टिकाओ ना। टिकाई तो बैठा महसूस ते करो। हाँ जी हाँ जी। तेरी अपनी एक ही हो रहा है। Who are you to ask? नहीं सैंडी जी, मेरा मतलब आ की हो रहा सी। शमशी जी तुहानू की लगता है कि तुसी नहीं सिखाओगे तो सैंडी बिल्लियड नहीं सीख पाओगी? थैंक यू फॉरमन जी। यू आर ऑलवेज वेलकम। ओ मैडम नु तो मैं कह नहीं सकता, पर तू मैं दस फम्मण जीरकपुरिया। ओए पहले शहर ठीक कर। ओ शहर नु गोली मार यार, आ की पखंड हो रहा सी। सैंडी फारसी विच समझा के गई है, जड़ तेरे पल्ले नहीं पिया। तेनू दस्या तां है मैं गेम सिखा रहा सी। आ केड़ी गेम है जड़ियां जफ्फियां पा पा के गेम सिखा रहा सी? इनू निशाना गेम कहंदे आ। शोले फिल्म देखी है? आहो धर्मिंदर ने हेमा मालनी नू एदा ही निशाना लाउणा सिखाया सी। धर्मिंदर वालों कीती आशकी तां तेरे चेते रह गई, पर लगदा गब्बर वालों पै पटे भुल गया तू। हां एक गल याद रखी, रांझे ने 12 साल मज्जा दुध पीन लई नहीं सी चारियां, ओदा कोई मतलब सी। इसे तरह मैं मैनेजरी दो टुकड़ा वास्ते नहीं कर रहा, बाकी तू समझदार। एक गल मेरी भी कन खोल के सुन ला, कन्ना चो मैल कढ़न वालिया। ये तो मैनू पता नहीं कि रांझे ने मज्जा 12 साल दुध पीन नू चारियां सी जां पाथियां थप्पण नू, पर इन्ना मैनू जरूर पता कि जेड़े साध दी धूनी ओदी चेली जिन्हें पट ली। एक तो साला पुठा सीधा जो शेर सुना के चले जाता, मैं सारी दिहाड़ी मतलब कड़ता रह जाना। रांझा जी रांझा जी थोड़ी चाह रखती है, पी लेना। ये तो एको कप, दूजी कि मामे वाली। मामे ने तो सवेर की 6 बजे की पी ली जी। ये किवें हो सकता, उठता तो ही नहीं लेटा। वो वैसे हैगा कित्थे आ? मामा जी ओ बिलियर्ड रूम च ने मैन लगता। सच थोनू कहना तो भूल ही गई, बेबी ने कहा है कि चाह पी के उपर आ जाइयो म्यूजिक सिखा। मैसेज दे आई तू उसनू? आ रहा हो मैंने म्यूजिक सिखा? हाँ जी हाँ जी आ रहा थोड़ी देर च। चलो वधिया है फिर, तो तू समझ गई ना की करना है? हाँ जी। लस्सी दे ग्लास विच 2 गोलियां मिला के तू ले आई, ठीक है? हाँ जी। एक गोली खा के ओदा गला खराब हो ते दूजी खा के 4 दिन तक उठूगा नहीं। ओ मिस्टर, दरवाजा नॉक करने तो बाद सामने वाले दी आवाज भी सुनी दी है, फिर अंदर आई दे। गवार आ की है? ये तू भी है, पंजाब दा बहुत मशहूर ते प्यारा लोक साज है, अज इहदे नाल ही सिखाऊंगा तैनू गाने गाउणे। इहदे नाल ही सिखाएंगा? हां चल फिर बह जा। मैं सोचिया कि अज शुरुआत करनी है ता कुछ मिठा हो जाए, ता मैं इस करके लस्सी मंगा ली। पर लस्सी ता खट्टी हुंदी है। नहीं इस विच मिठा पाया होया ना, इसलिए मिठी हो गई। वैसे मैं ठंडी चीज पींदा ते नहीं, पर जे तुसी इन्ने प्यार नाल कह रहे हो ता फिर मैं पी लैना। तो पियो फिर। हुण दसो की पेश कीता जाए। तू एक्सपर्ट आ तो शुरू कर, जो भी शुरू करना है। जदों निकले हाए नी जदों निकले, निकले पटोला बनके नी मुंडियां दी जान ते बड़े। ਤੁਹਾਡੇ ਗਲੇ ਨੂੰ ਕੀ ਹੋਇਆ? ਗਲੇ ਨੂੰ ਕੁਛ ਨਹੀਂ ਹੋਇਆ, ਮੈਨੂੰ ਲੱਗਦਾ ਗਾਣੇ 'ਚ ਕੋਈ ਨੁਕਸ ਹੈ। ਆਪਾਂ ਹੋਰ ਟਰਾਈ ਕਰਦੇ ਹਾਂ। ਕਰੋ 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 ਹੋਰ ਟਰਾਈ ਕਰੋ। ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ, ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ।
ਹੁਣ ਵੀ ਗਾਣੇ ਚ ਨੁਕਸ ਹੈ? ਗਾਣੇ ਚ ਨੁਕਸ ਨਹੀਂ, ਮੈਨੂੰ ਲੱਗਦਾ ਮੈਂ ਸੁਰ ਚ ਰੱਖ ਲਿਆ। ਆਪਾਂ ਹੋਰ ਟਰਾਈ ਕਰੀਏ। ਕਰੋ ਕਰੋ। ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ, ਹਾਂ ਸੋਹਣਿਆ ਬਣਾਉਣੀ ਦੇਤੀ ਕੰਗਣੀ ਵੇ ਤੇਰਾ। ਹੁਣ ਕਾਹਦੇ ਚ ਨੁਕਸ ਹੈ? ਮੈਨੂੰ ਲੱਗਦਾ ਮੇਰੇ ਗਲੇ ਚ ਕੋਈ ਨੁਕਸ ਹੈ। ਉਹ ਤਾਂ ਹੈ। ਕੋਈ ਗੱਲ ਨੀ, ਤੂੰ ਇੰਜ ਕਰ, ਤੂੰ ਘਰ ਜਾ, ਮੈਡੀਸਿਨ ਲੈ ਤੇ ਰੈਸਟ ਕਰ। ਆਪਾਂ ਨੂੰ ਕਿਹੜੀ ਕਾਹਲੀ ਹੈ, ਆਪਾਂ ਬਾਅਦ ਕਰ ਲਾਂਗੇ, ਸਿੱਖ ਲਾਂਗੇ ਬਾਅਦ ਫ੍ਰੀ ਟਾਈਮ ਤੇ। ਅਜੇ ਤਾਂ ਟ੍ਰੇਲਰ ਆ, ਪਿਕਚਰ ਅਜੇ ਬਾਕੀ ਆ। ਪਾਗਲ ਨੋ, ਕੱਲ ਆਇਆ ਸੀ ਮੇਰੀ ਕਲਾਸ ਲਗਾਉਣ, ਮੈਂ ਉਹਦੀ ਕਲਾਸ ਲਗਾਤੀ। ਭਲੇ ਚੰਗੇ ਰਾਂਝੇ ਨੂੰ ਵੀ ਨਾ ਮੈਂ ਬਿਲਕੁਲ ਹੀ ਹੀਰ ਬਣਾਤਾ। ਹੀਰ? ਉਹ ਭੋਲੀਏ, ਮੈਂ ਕਹਿ ਰਹੀ ਹਾਂ ਮੈਂ ਉਹਦੀ ਲੱਸੀ ਵਿੱਚ ਨਾ ਐਪਸਮ ਸਾਲਟ ਮਿਲਾਤਾ, ਜਿਹਦੇ ਕਰਕੇ ਉਹਦੀ ਆਵਾਜ਼ ਨਾ ਬਿਲਕੁਲ ਜਨਾਨੀਆਂ ਵਾਂਗ ਹੋ ਗਈ। ਪਰ ਜਦੋਂ ਉਹਦਾ ਗਲਾ ਠੀਕ ਹੋ ਜਾਣਾ ਹੈ ਤਾਂ ਤੈਨੂੰ ਮਿਊਜ਼ਿਕ ਸਿੱਖਣਾ ਹੀ ਪੈਣਾ। ਮੈਂ ਠੀਕ ਹੋਣ ਹੀ ਨਹੀਂ ਦੇਣਾ, ਜਦੋਂ ਵੀ ਠੀਕ ਹੋਊਗਾ ਮੈਂ ਵਾਪਸ ਉਹਨੂੰ ਐਪਸਮ ਸਾਲਟ ਦੇ ਦੇਣਾ। ਸਮਾਟ ਗਰਲ। ਉਹ ਆ ਰਿਹਾ ਮੈਨੂੰ ਮਿਊਜ਼ਿਕ ਸਿਖਾਉਣ? ਹਾਂਜੀ। ਤੂੰ ਫਿਰ ਜੂਸ ਦੇ ਦੋ ਗਲਾਸ ਲੈ ਕੇ ਆ ਜਾਈਂ ਡਰਾਇੰਗ ਰੂਮ ਵਿੱਚ, ਅਤੇ ਯਾਦ ਹੈ ਨਾ ਦੋ ਗੋਲੀਆਂ ਉਸ 'ਚ ਐਕਸਟਰਾ ਪਾ ਦੇਵੀਂ। ਠੀਕ ਹੈ। ਅੱਜ ਤੂੰ ਬੜਾ ਸੋਹਣਾ ਲੱਗ ਰਿਹਾ। ਮੈਂ ਤਾਂ ਪਹਿਲਾਂ ਹੀ ਬਹੁਤ ਸੋਹਣਾ ਸੀ, ਤੁਸੀਂ ਕਦੇ ਉਸ ਨਜ਼ਰ ਨਾਲ ਦੇਖਿਆ ਹੀ ਨਹੀਂ। ਅੱਜ ਤੂੰ ਜੂਸ ਪੀ ਕੇ ਦੇਖ, ਤੈਨੂੰ ਪਤਾ ਲੱਗੂਗਾ। ਪਹਿਲਾਂ ਜੂਸ ਪੀ ਲਓ ਫਿਰ ਸ਼ੁਰੂ ਕਰਦੇ ਹਾਂ। ਪਹਿਲਾਂ ਤੁਸੀਂ ਪੀ ਲਓ, ਆਪਾਂ ਫਿਰ ਸ਼ੁਰੂ ਕਰ ਲੈਂਦੇ ਹਾਂ। ਕੀ ਕਰ ਰਹੇ ਹੋ? ਕੀ ਕਰ ਰਹੇ ਹੋ? ਆ ਤੁਹਾਡਾ ਹੀ ਜੂਸ ਹੈ, ਹੁਣ ਪੀਓ ਤੁਸੀਂ। ਤੁਸੀਂ ਪੀਓ। ਉਹ ਇੱਕੋ ਹੀ ਗੱਲ ਆ, ਪੀਓ। ਚਲੋ ਫਿਰ ਜੁਲੀਅਟ ਜੀ, ਥੋੜ੍ਹਾ ਜਿਹਾ ਗਾ ਕੇ ਸੁਣਾਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਹਾਡਾ ਸਕੇਲ ਕੀ ਹੈ। ਘੁੰਮਣ ਘੁੰਮਾਉਣ ਨੂੰ ਤਾਂ ਥਰ ਰੱਖਿਆ, ਬੁਲਟ ਤੇ ਰੱਖੇ ਆ ਪਟਾਕੇ ਪਾਉਣ ਨੂੰ। ਮੈਂ ਤੁਹਾਨੂੰ ਗਾਉਣ ਲਈ ਕਿਹਾ, ਜੇ ਗਾਣੇ ਦੇ ਵਿੱਚ ਪਟਾਕੇ ਸ਼ਬਦ ਹੈਗਾ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਆਪਣੀ ਆਵਾਜ਼ ਹੀ ਪਟਾਕਿਆਂ ਵਰਗੀ ਕਰ ਲਓ। ਦੁਬਾਰਾ ਗਾਓ ਇੱਕ ਵਾਰੀ। ਘੁੰਮਣ ਘੁੰਮਾਉਣ ਨੂੰ ਤਾਂ ਥਰ ਰੱਖਿਆ, ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ। ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਣੀ ਆਵਾਜ਼ 'ਚ ਗਾਓ, ਬੰਦਿਆਂ ਵਾਲੀ ਆਵਾਜ਼ 'ਚ ਨਾ ਗਾਓ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਤੁਹਾਡਾ ਸਕੇਲ ਕੀ ਹੈ। ਮੈਂ ਤਾਂ ਨੋਰਮਲੀ ਗਾ ਰਹੀ ਹਾਂ, ਮੈਨੂੰ ਕੀ ਪਤਾ ਕੀ ਹੋ ਰਿਹਾ। ਗਾਉਣਾ ਤਾਂ ਦੂਰ ਦੀ ਗੱਲ, ਥੋੜ੍ਹਾ ਤਾਂ ਬੋਲਣ ਦਾ ਸਕੇਲ ਵੀ ਨਛੱਤਰ ਗਿੱਲ ਵਰਗਾ ਹੋਇਆ ਪਿਆ। ਮੈਨੂੰ ਲੱਗਦਾ ਤੁਸੀਂ ਠੀਕ ਨਹੀਂ, ਦਵਾਈ ਲਓ, ਆਰਾਮ ਕਰੋ, ਆਪਾਂ ਨੂੰ ਕਿਹੜਾ ਕੋਈ ਕਾਹਲੀ ਹੈ, ਫਿਰ ਸਿੱਖ ਲਵਾਂਗੇ ਫ੍ਰੀ ਸਮੇਂ 'ਚ। ਉਹ ਪ੍ਰੀਤੋ, ਇੱਕ ਕੰਮ ਨਹੀਂ ਹੁੰਦਾ, ਸਟੂਪਿਡ ਇਡੀਅਟ। ਉਹ ਖਾਲਾ ਖਾਲਾ ਮਾਮਾ, ਕਿਹੜੀਆਂ ਸੋਚਾਂ 'ਚ ਪਿਆ, ਘੁੰਡ ਵਾਲੀ ਡੀਕਦਾ। ਲਾੜਾ ਵੋਟੀ ਬਿਨਾ ਅਤੇ ਫੁੰਮਣ ਰੋਟੀ ਬਿਨਾ ਕਿਤੇ ਰਹਿ ਸਕਦੇ? ਮੈਂ ਤਾਂ ਸੈਂਡੀ ਦੇ ਸੈਂਡ ਵਿੱਚ ਉਡੀਕ ਰਿਹਾ ਸੀ। 57 ਵੇਟ ਕੁੜੀ ਦਾ? ਨਹੀਂ ਨਹੀਂ, 57 ਤਾਂ ਬਹੁਤ ਜ਼ਿਆਦਾ ਹੋ ਗਿਆ। 47 ਵੇਟ ਕੁੜੀ ਦਾ? ਮਰ ਗਈ ਸੈਂਡੀ। ਮਰ ਗਈ ਸੈਂਡੀ 'ਚ ਕੀ ਹੋ ਗਿਆ? ਆਪਣੀ ਨਜ਼ਰ ਲੱਗ ਗਈ।
एक तो अपने मैनेजर वर्गियां बिंगियां टेढ़ियां जिहियां पौड़ियां बना लिया सीधियां नहीं बना होंदियां सी सैंडी जी एक ही पाना वर्त गया डिगण तो पहले दस नहीं हुंदा सी कि डिग दी नूं आण संभाल जिंद मेरी तां बचदी ले चल फुम्मणा वे नाल जी दे मामा बहुत पेन हो रही है हाय तेरी आई मैं मर जा मेरा बाल विंगा ना होवे तुसी ठीक होके बैठो मैं मालिश कर दां जिथे थोड़े सट लगी आ ਕਿੰਨਾ ਕੁ ਦਰਦ ਹੋ ਰਿਹਾ ਰਾਜੇ ਦੇ ਮਾਮਾ ਤੁਸੀਂ ਚਾਹੇ ਜਿੰਨੇ ਮਰਜ਼ੀ ਹੱਥ ਪੈਰ ਚਲਾਓ ਆਈ ਥਿੰਕ ਤੁਹਾਡੇ ਕੋਲ ਆਰਾਮ ਨਹੀਂ ਆਣਾ ਤੁਸੀਂ ਸ਼ਮਸ਼ੇਰ ਜੀ ਨੂੰ ਬੁਲਾਓ ਮੈਂ ਸ਼ਮਸ਼ੇਰ ਨੂੰ ਬੁਲਾਉਣ ਉਹ ਸਾਲਾ ਹਕੀਮ ਤਾਰਾ ਚੰਦ ਨਾਲੇ ਮੈਂ ਮਰ ਗਿਆ ਮੇਰਾ ਜੀ ਕਰਦਾ ਮੈਂ ਥੋੜੀਆਂ ਮਾਰ ਮਾਰੋ ਪੌੜੀਆਂ ਹੀ ਭੰਨ ਦੇਣ ਜਿੱਥੋਂ ਤੁਸੀਂ ਡਿੱਗੇ ਸੀ ਮਾਮਾ ਜੀ ਜੇ ਤੁਸੀਂ ਸਾਡੀਆਂ ਪੌੜੀਆਂ ਹੀ ਭੰਨਤੀਆਂ ਸਾਡੇ ਭੂਆ ਜੀ ਉੱਪਰ ਚੜਨਗੇ ਕਿੱਥੋਂ ਬੈਂਕਾਕ ਆ ਗਈ ਪਰ ਅਕਲ ਨਹੀਂ ਆਈ ਹਾਂਜੀ ਇਹਨੂੰ ਕਹਿ ਰਿਹਾ ਓਏ ਕਮਲੀਏ ਅੱਜ ਕੱਲ੍ਹ ਲੋਕੀ ਉੱਪਰ ਚੜ੍ਹਨ ਲਈ ਪੌੜੀ ਦਾ ਇਸਤੇਮਾਲ ਘੱਟ ਕਰਦੇ ਆ ਘੋੜੀ ਦਾ ਵੱਧ ਕਰਦੇ ਆ ਲੱਗੀਆਂ ਗੱਲਾਂ ਮਾਰਨ ਤੁਸੀਂ ਦੱਸੋ ਜੀ ਦਰਦ ਕਿੱਥੇ ਹੋ ਰਿਹਾ ਉੱਥੇ ਇੱਥੇ ਥੋੜਾ ਉੱਤੇ ਇੱਥੇ ਥੋੜਾ ਹੋਰ ਉੱਤੇ ਤੂੰ ਬਾਹਰ ਚੱਲ ਮਾਮਾ ਜੀ ਜੇ ਤੁਹਾਡੀ ਗੱਲ ਸਮਝ ਨਹੀਂ ਉੱਤਰ ਰਹੀ ਤਾਂ ਮੈਂ ਸ਼ਮਸ਼ੇਰ ਜੀ ਨੂੰ ਬੁਲਾਵਾਂ ਉਹ ਤੋਂ ਆਪਣੇ ਉਤਰੇ ਮੁੱਢ ਤਾਂ ਸਾਲਾਂ ਤੋਂ ਚਾਹ ਨਹੀਂ ਹੋਏ ਹੈ ਤੱਕ ਲੋਕਾਂ ਦੇ ਹੱਡ ਗੋਡੇ ਚਾੜ ਦੂਗਾ ਨਾਲੇ ਇੱਕ ਗੱਲ ਨਾ ਭੁੱਲੀ ਜਿਹਦਾ ਗੰਨਾ ਉਹਦੀ ਉਹ ਭੇਲੀ ਜਿਹਨੇ ਪੱਟ ਲਈ ਸਮਝ ਲਾਉਂਦੀ ਹੈ ਸਹੇਲੀ ਮਤਲਬ ਅੱਬਾ ਮੇਰਾ ਮਤਲਬ ਤੂੰ ਬਹੁਤ ਕਿਆ ਸਲਾਹ ਨਾ ਦੇ ਅੰਦਰੋਂ ਲਿਆ ਕੇ ਹਲਦੀ ਵਾਲਾ ਦੁੱਧ ਦੇ ਠੀਕ ਹੈ ਜੀ ਬਟ ਆਈ ਡੋਂਟ ਲਾਈਕ ਦੁੱਧ ਚੱਲ ਕੱਲੀ ਹਲਦੀ ਲਿਆ ਦੇ ਸ਼ੁੱਧ ਤੇਰੇ ਯਾਰ ਨੂੰ ਤਾਂ ਨੰਗ ਪੁਣੇ ਦਾ ਚੜ ਗਿਆ ਬੁਖਾਰ ਭੱਲੀਏ ਓਏ ਹੋਏ ਹੋਏ ਓ ਬੱਲੇ ਪ੍ਰੀਤੋ ਜੀ ਕਰੋ ਮੂੰਹ ਮਿੱਠਾ ਜੀ ਮੈਂ ਕਿ ਕਿਸ ਖੁਸ਼ੀ ਚ ਸ਼ਮਸ਼ੇਰ ਸਿੰਘ ਜੀ ਤੁਸੀਂ ਮੇਰਾ ਮੂੰਹ ਮਿੱਠਾ ਕਰਾ ਰਹੇ ਹੋ ਵੈਸੇ ਓ ਪਰੇ ਹੋ ਤੇ ਚੜਦੀ ਜਾਨੀ ਆ ਏਦਾਂ ਪੀਆਰ ਨਹੀਂ ਮਿਲਦੀ ਓ ਸਾਡੇ ਘਰ ਭਤੀਜਾ ਜੰਮਿਆ ਮੈਂ ਚਾਚਾ ਬਣ ਗਿਆ ਉਹਦੀ ਖੁਸ਼ੀ ਚ ਮੂੰਹ ਮਿੱਠਾ ਕਰਾਉਣਾ ਲੋਕਾਂ ਦੇ ਨਿਆਣੇ ਜੰਮਣ ਦੀ ਖੁਸ਼ੀ ਮਨਾਈ ਜਾਈ ਕਦੇ ਆਪਣੇ ਵਿਆਹ ਬਾਰੇ ਨਾ ਸੋਚੀ ਕੀ ਕਹਿਣਾ ਚਾਹੁੰਦੀ ਆ ਤੂੰ ਹਾਂ ਕਹਿਣਾ ਇਹ ਚਾਹੁੰਦੀ ਆ ਉਹ ਜਿਸ ਨਾਗਮਣੀ ਦੇ ਪਿੱਛੇ ਤੂੰ ਤੁਰਿਆ ਫਿਰਦਾ ਨਾ ਉਹ ਕਿਸੇ ਹੋਰ ਜੋਗੀ ਦੀ ਝੋਲੀ ਚ ਡਿੱਗੀ ਨਾ ਬੋਲੀ ਤਾਂ ਦੱਸਾਂ ਮੈਂ ਮੇਰੇ ਤੇ ਯਕੀਨ ਨਹੀਂ ਆਉਂਦਾ ਨਾ ਤਾਂ ਜਾ ਕੇ ਦੇਖ ਲੈ ਉਸ ਕਮਰੇ ਦੇ ਵਿੱਚ ਦੇਖ ਸਾਲਾ ਕਿੱਦਾਂ ਪੈਰਾਂ 'ਚ ਲਿਪਟਿਆ ਪਿਆ ਜਿਵੇਂ ਝੋਨੇ ਨੂੰ ਪੱਤਾ ਲਪੇਟ ਸੁੰਦੀ ਪੈਂਦੀ ਆ ਓ ਬ੍ਰਹਮਪੁਰੀਆ ਆ ਕੀ ਸੀਨ ਓਏ ਸੀਨ ਤਾਂ ਤੈਨੂੰ ਮੈਂ ਬਾਅਦ ਸਮਝਾ ਦੂੰ ਪਹਿਲਾਂ ਅੱਜ ਮੈਂ ਤੈਨੂੰ ਆਪਣਾ ਨਾਮ ਚੰਗੀ ਤਰ੍ਹਾਂ ਸਮਝਾ ਦਵਾਂ ਤੂੰ ਮੇਰੇ ਇੰਨੇ ਨਾਮ ਬਦਲਿਆ ਇੰਨੇ ਨਾਮ ਬਦਲਿਆ ਹੁਣ ਮੈਨੂੰ ਖੁਦ ਨੂੰ ਚੇਤਾ ਭੁੱਲ ਗਿਆ ਮੇਰਾ ਅਸਲੀ ਨਾਮ ਕੀ ਆ ਆਏ ਬਸ ਕਰ ਓਏ ਬੰਦ ਕਰ ਆਪਣਾ ਡਰਾਮਾ ਸਾਨੂੰ ਨਹੀਂ ਚਾਹੀਦਾ ਤੇਰਾ ਲੁੱਚਾ ਗਾਉਣਾ ਵਜਾਉਣਾ ਆਪਣਾ ਟੈਂਡ ਫੋੜੀ ਚੱਕੋ ਤਿੱਤਰ ਹੋਵਾ ਇੱਥੋਂ ਇਹ ਕੀ ਹੋ ਰਿਹਾ ਮੈਮ ਸਾਨੂੰ ਤਿੱਤਰ ਹੋਣ ਨੂੰ ਕਹਿ ਰਿਹਾ ਇੱਥੋਂ ਸ਼ਮਸ਼ੇਰ ਜੀ ਤੁਸੀਂ ਕੌਣ ਹੁੰਦੇ ਨਾਲ ਤਿੱਤਰ ਕਰਨ ਵਾਲੇ ਖਬਰਦਾਰ ਜੇ ਫੁੰਮਣ ਜੀ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤਾਂ ਕਮਾਲ ਕਰਦੇ ਆ ਮੈਡਮ ਤੁਸੀਂ ਉਹ ਸ਼ਬਦ ਨੂੰ ਅੰਜਾਮ ਦੇ ਜਾਂ ਡਿਆ ਮੈਂ ਇੱਕ ਸ਼ਬਦ ਨਾ ਬੋਲਾਂ ਮੈਂ ਟੱਟੂ ਦਾ ਮੈਨੇਜਰ ਆ ਸ਼ਮਸ਼ੇਰ ਜੀ ਮਾਈਂਡ ਯੋਰ ਲੈਂਗੁਏਜ ਤੁਹਾਨੂੰ ਪਤਾ ਵੀ ਹੈ ਫੁੰਮਣ ਜੀ ਇੱਥੇ ਕਿਉਂ ਹੈ ਪਤਾ ਨਹੀਂ ਕੱਲ ਰਾਤ ਮੈਂ ਪੌੜੀਆਂ ਤੋਂ ਡਿੱਗ ਗਈ ਸੀ ਮੇਰੇ ਮੋਚ ਆ ਗਈ ਫੁੰਮਣ ਜੀ ਮੈਨੂੰ ਆਪ ਚੁੱਕ ਕੇ ਬੈਡਰੂਮ ਤੱਕ ਲਿਆਏ ਨੇ ਚੁੱਕ ਕੇ ਹਾਂ ਤੇ ਸਾਰੀ ਰਾਤ ਮੇਰੀ ਸੇਵਾ ਕੀਤੀ ਹੈ ਸਾਰੀ ਰਾਤ ਸ਼ਟ ਅਪ ਅੱਛਾ ਇਹ ਠੀਕ ਆ ਮੈਂ ਸਮਝਿਆ ਕਰ ਘੰਟੇ ਕਿਤੇ ਇੱਥੇ ਆ ਦਰ ਫਿਟੇ ਮੂੰਹ ਤੇਰੇ ਓ ਮਾਈ ਗੋਡ ਸੈਂਡੀ ਜੀ ਕਮ ਔਨ ਥੈਂਕ ਯੂ ਤੁਸੀਂ ਕਿਉਂ ਆਪਣਾ ਬਲੱਡ ਪ੍ਰੈਸ਼ਰ ਵਧਾਉਂਦੇ ਹੋ ਇਹਦਾ ਸ਼ੁਕਰ ਹੈ ਕੀ ਜਾਣਨ ਇਨਸਾਨੀਅਤ ਕੀ ਹੁੰਦੀ ਹੈ ਓ ਮੈਡਮ ਖੜੇ ਹੋ ਗਏ ਨੇ ਹੱਥ ਛੱਡ ਦੇ ਹੁਣ ਸੇ ਸੌਰੀ ਟੂ ਹਿਮ ਸੌਰੀ ਮੈਂਸ਼ਨ ਮਸਟ ਯਾ ਨਾ ਮੈਡਮ ਡੋਨਟ ਟੱਚ ਸਟੂਪਿਡ ਕਰਾਲੀ ਬੇਇੱਜ਼ਤੀ ਅੰਦਰੋਂ ਪਿਆਰ ਕਰਦੀ ਆ ਓਏ ਪਹਾੜੀ ਕਾਂ ਕੀ ਜਾਣੇ ਪਿਆਰ ਦੀ ਪਹੇਲੀ ਇਹ ਤਾਂ ਜੀ ਨੇ ਪੱਟ ਲਈ ਸਮਝ ਲਾ ਆ ਬਹੁਤੇ ਦੰਦ ਜਾ ਨਾ ਕੱਢ ਤੂੰ ਸੱਪ ਤੇ ਨਿਓਲੇ ਦੀ ਕਿਤਾਬਾਂ 'ਚ ਲੜਾਈ ਪੜ੍ਹੀ ਹੋਣੀ ਆ ਹੁਣ ਤੈਨੂੰ ਮੈਂ ਦਿਖਾਉਂ ਨਿਓਲਾ ਸੱਪ ਦੇ ਦੰਦ ਕਿਵੇਂ ਭੰਨਦਾ Thank you.
ਲੈ ਹੁਣ ਲਾਉਣੇ ਟਾਈਗਰ ਨੂੰ ਟੈਲੀਫੋਨ। ਹਾਂਜੀ ਟਾਈਗਰ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਹੌਲੀ ਬੋਲ ਭਾਈ ਸਾਹਿਬ, ਸੁੱਤੇ ਪਏ ਨੇ, ਤੇਰੀ ਆਵਾਜ਼ ਫੋਨ ਚੋਂ ਬਾਹਰ ਜਾਂਦੀ ਆ। ਉਹ ਮਾੜਾ ਜਿਹਾ ਜਗਾ ਦੇ ਯਾਰ, ਉਹ ਤੇਰੇ ਦਿਮਾਗ ਨੂੰ ਉਸਤਾ ਨਹੀਂ ਪੈ ਗਿਆ, ਜਗਾ ਦਿਓ। ਇੱਕ ਵਾਰੀ ਕਾਂ ਨੇ ਕਾਂ ਕਾਂ ਕਰਕੇ ਭਾਈ ਸਾਹਿਬ ਨੂੰ ਉਠਾਤਾ ਸੀਗਾ, ਤੇ ਭਾਈ ਸਾਹਿਬ ਨੇ ਉੱਠ ਕੇ ਕਾਂ ਹੀ ਡਾਤਾ ਸੀਗਾ ਬਾਅਦ ਚ। ਉਹ ਯਾਰ, ਚਾਹੇ ਚਿੜੀ ਮਾਰੋ, ਚਾਹੇ ਕਾਂ ਮਾਰੋ, ਚਾਹੇ ਤੋਤਾ ਮਾਰੋ, ਤੁਸੀਂ ਮੈਨੂੰ ਐ ਦੱਸੋ ਬਾਈ, ਟਾਈਗਰ ਸਾਹਿਬ ਨਾਲ ਮੁਲਾਕਾਤ ਕਦੋਂ ਹੋ ਸਕਦੀ ਹੈ? ਅੱਜ ਤੇ ਪੋਸੀਬਲ ਨਹੀਂ ਹੈਗਾ, ਕੱਲ ਡੈਮ ਤੇ ਹੋਣਾ ਭਾਜੀ ਹੋਣਾ ਲੰਚ ਕਰਨ, ਉੱਥੇ ਆ ਜਿਓ। ਠੀਕ ਆ, ਫਿਰ ਆਪਾਂ ਡੈਮ ਤੇ ਮਿਲਦੇ ਹਾਂ ਟਾਈਗਰ ਸਾਹਿਬ ਨੂੰ। ਕਿੱਧਰ ਮੂੰਹ ਚੁੱਕਿਆ ਹੋਏ? ਇਹ ਤਾਂ ਨਹੀਂ ਚੀਤਾ ਲੱਗਦਾ, ਇਹ ਤਾਂ ਆਪਣੇ ਸੜਨ ਲੋਈ ਫਿਰਦਾ। ਆ ਭਾਈ ਸਾਹਿਬ, ਚੀਤਾ ਸਾਹਿਬ ਨੂੰ ਮਿਲਣਾ ਸੀ। ਚੀਤਾ ਸਾਹਿਬ? ਉਹ ਕੌਣ ਆ? ਆ ਕੋਈ ਲੱਤਾ ਭੰਨਣਾ ਹੋਣਾ, ਤੁਹਾਡਾ ਕੋਈ ਬੌਸ? ਉਹ ਅਗਲ ਨੂੰ ਹੱਥ ਮਾਰਿਆ, ਟਾਈਗਰ ਆ ਭਾਈ ਸਾਹਿਬ ਦਾ ਨਾਂ। ਆ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ ਨਾ, ਨਵਾਜ਼ ਸ਼ਰੀਫ, ਉਹਨੇ ਗਲਤ ਨਾਂ ਲੈਤਾ ਸੀ ਭਾਜੀ ਦਾ, ਤੇ ਭਾਜੀ ਨੇ ਗਵਰਨਰੀ ਰਾਜ ਕਰਾ ਕੇ ਦੇਸ਼ ਨਿਕਾਲਾ ਕਰਾਤਾ ਸੀ ਉਹਨੂੰ। ਉਹ ਯਾਰ, ਮੈਂ ਇਲੈਕਸ਼ਨ ਲੜਨੀ ਆ, ਮੈਂ ਤਾਂ ਬੰਦੇ ਦੀਆਂ ਲੱਤਾਂ ਬਣਾਉਣੀ ਆ। ਹਾਂ, ਕਿੱਥੇ ਆ? ਹੌਲੀ ਬੋਲ, ਇੰਨੀ ਉੱਚੀ ਨਾ ਬੋਲ। ਭਾਈ ਸਾਹਿਬ ਦੀ ਗਰਲਫ੍ਰੈਂਡ ਨੇ ਇੱਕ ਵਾਰੀ ਉੱਚੀ ਆਵਾਜ਼ ਚ ਗੱਲ ਕੀਤੀ ਸੀ ਭਾਈ ਸਾਹਿਬ ਨਾਲ, ਭਾਈ ਸਾਹਿਬ ਨੇ ਐਂ ਕਿਰਚ ਕੱਢੀ ਮਾਰਤੀ ਹੋਏ। ਨਹੀਂ, ਉਹਦੀ ਬਾਂਹ ਤੇ ਲਿਖਤਾ ਸਪੀਕ ਸਲੋ। ਉਹ ਛੋਟੇ ਭਾਈ, ਐਡੀ ਗੱਲ ਨਹੀਂ ਜਿੱਡਾ ਖਲਾਰਾ ਪਾ ਕੇ ਦੱਸੀ ਜਾਣਾ। ਮੈਨੂੰ ਲੱਗਦਾ ਜਿੱਦਾਂ ਨਾ ਟਾਈਗਰ ਨੇ ਬੰਦਾ ਰੱਖਿਆ, ਇਹਨੇ ਆਪਣਾ ਨੁਕਸਾਨ ਕਰਾ ਲੈਣਾ। ਹੌਲੀ ਹੌਲੀ, ਪੈਰਾਂ ਦੀ ਆਵਾਜ਼ ਨਾ ਹੋਵੇ, ਭਾਈ ਸਾਹਿਬ ਬਹੁਤ ਬੁਰਾ ਮਨਾਉਂਦੇ ਨੇ। ਚੀਤਾ ਆਪਣੇ ਟਾਈਗਰ, ਟਾਈਗਰ ਸਾਹਿਬ ਸਤਿ ਸ੍ਰੀ ਅਕਾਲ। ਆ ਗਿਆ ਉਹ ਤੂੰ? ਹਾਂਜੀ, ਚੱਲ ਕੰਮ ਦੱਸ। ਕਾਕਾ, ਸਾਡੇ ਕੋਲ ਟਾਈਮ ਬਹੁਤ ਘੱਟ ਆ ਤੇ ਕੰਮ ਬਹੁਤ ਜ਼ਿਆਦਾ ਆ। ਦੋ ਕੁ ਬੰਦੇ ਮਾਰਨੇ ਆ, ਇੱਕ ਬੈਂਕ ਲੁੱਟਣਾ ਤੇ ਇੱਕ ਨਿੱਕਾ ਜਿਹਾ ਬਲਾਸਟ ਬੈਂਕਾਕ ਬ੍ਰਿਜ ਤੇ ਕਰਨਾ ਆ। ਤਾਂ ਕਾਕਾ, ਪਿਸਤੌਲ ਤਾਂ ਗਰਮ ਹੋਣੀ ਆ, ਲੱਗਿਆ ਤਾਂ ਤੇਰਾ ਵੀ ਕੰਡਾ ਖਿੱਚ ਦੂੰਗੇ। ਉਹ ਨਹੀਂ, ਮੇਰਾ ਨਹੀਂ ਟਾਈਗਰ ਸਾਹਿਬ ਕੰਡਾ ਖਿੱਚਣਾ। ਮੈਂ ਤੁਹਾਨੂੰ ਦੱਸਦਾ, ਮੇਰੀ ਉਮਰ ਦਾ ਇੱਕ ਬੰਦਾ ਆ, ਫੁੰਮਣ ਸਿੰਘ, ਠੀਕ ਆ ਜੀ। ਉਹਦੀ ਬਸ ਬਾਬਾ ਧੂਆ ਕੜੀ ਸੀ ਕਰਾਉਣੀ, ਉਹਨੂੰ ਚੱਕਣਾ ਆ, ਠੀਕ ਆ ਜੀ। ਤੇ ਤੁਹਾਡੇ ਬੰਦੇ ਨੂੰ ਮੈਂ ਪੈਸੇ ਦੇ ਦਿੱਤੇ ਆ, ਲੋਕੇਸ਼ਨ ਮੈਂ ਦੱਸਤੀ ਆ, ਬਸ। ਚੱਲ ਕਾਕਾ, ਤੂੰ ਐਂ ਕਰ, ਤੂੰ ਸਮੁੰਦਰ ਦੀ ਠੰਡੀ ਠੰਡੀ ਹਵਾ ਲੈ ਤਾਂ ਗੋਰੀਆਂ ਦੇ ਨਜ਼ਾਰੇ ਲੁੱਟ। ਮੈਂ ਐਂ ਗਿਆ ਤੇ ਐਂ ਆਇਆ ਫੁੰਮਣ ਦੀ ਹਿੱਕ ਵਿੱਚ ਦੋ ਲੱਤਾਂ ਮਾਰ ਕੇ। ਅਸਮਾਨ ਤੋਂ ਗੜੇ ਡਿੱਗਦੇ ਦੇਖੇ, ਬਿਜਲੀ ਡਿੱਗਦੀ ਦੇਖੀ, ਪਰ ਬੰਦੇ ਵਰਗੀ ਚੀਜ਼ ਪਹਿਲੀ ਵਾਰ ਡਿੱਗਦੀ ਦੇਖੀ ਆ। ਇਹ ਤਾਂ ਸੱਚੀ ਦਾ ਬੰਦਾ ਹੈ, ਤੁਸੀਂ ਬੜੀ ਜ਼ੋਰ ਦੀ ਡਿੱਗੇ ਹੋ, ਤੁਸੀਂ ਠੀਕ ਤਾਂ ਹੋ ਨਾ? ਪ੍ਰੀਤੋ, ਹਲਦੀ ਵਾਲਾ ਦੁੱਧ ਲੈ ਕੇ ਆਈ, ਤੁਸੀਂ ਠੀਕ ਤਾਂ ਹੋ ਨਾ? ਤੁਹਾਡੀ ਲੱਗੀ ਤਾਂ ਨਹੀਂ? ਲੱਗੀ ਤਾਂ ਬਹੁਤ ਜ਼ੋਰ ਦੀ ਹੈ। ਪਰ ਇਹ ਹੋਇਆ ਕਿਵੇਂ? ਹਾਂ ਉਹ ਜੀ, ਮੈਂ ਤਾਂ ਦੁਸ਼ਮਣਾਂ ਦੀ ਕੋਈ ਚਾਲ ਲੱਗਦੀ ਹੈ, ਮੈਂ ਤਾਂ ਆਰਾਮ ਨਾਲ ਸਾਈਕਲ ਚਲਾਈ ਜਾਂਦਾ ਸੀ, ਪਤਾ ਨਹੀਂ ਸੜਕ ਤੇ ਕਿਸੇ ਨੇ ਬੰਬ ਲਾਇਆ ਹੋਇਆ ਸੀ। ਮੈਂ ਉੱਥੇ ਪਹੁੰਚਿਆ ਤੇ ਧੜਾਮ ਬੰਬ ਫਟ ਗਿਆ, ਤੇ ਮੈਂ ਜੀ ਇੱਥੇ। ਪਰ ਮੈਂ ਤਾਂ ਬੰਬ ਦੀ ਆਵਾਜ਼ ਸੁਣੀ ਨਹੀਂ ਜੀ, ਬੰਬ ਸਾਇਲੈਂਟ ਸੀ। ਬੰਬ ਵੀ ਸਾਇਲੈਂਟ ਹੁੰਦੇ ਆ? ਮੈਡਮ ਜੀ, ਹਾਂ ਜਲਦੀ ਦੇ, ਲਓ ਦਿਓ, ਪੀਓ। ਪੀ ਤਾਂ ਰਿਹਾ, ਡ੍ਰਿੰਕ ਮਿਲ ਜੀ। ਹਾਂ ਜੀ, ਹੁਣ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਬੜਾ ਚੰਗਾ ਮਹਿਸੂਸ ਹੋ ਰਿਹਾ ਜੀ ਹੁਣ। ਪਰ ਇੱਕ ਗੱਲ ਸੱਚ ਮੰਨਿਓ, ਇੰਨਾ ਫਰਕ ਮੈਨੂੰ ਦੁੱਧ ਨਾਲ ਨਹੀਂ ਪਿਆ ਜਿੰਨਾ ਤੁਹਾਡੀਆਂ ਮਿੱਟੀਆਂ ਮਿੱਟੀਆਂ ਗੱਲਾਂ ਨਾਲ ਪੈ ਗਿਆ। ਹੁਣ ਤਾਂ ਮੈਨੂੰ ਤੁਸੀਂ ਭਾਵੇਂ ਮਿਲਖਾ ਸਿੰਘ ਨਾਲ ਪਜਾ ਲਓ, ਉੱਥੋਂ ਵੀ ਮੈਂ ਜਿੱਤ ਕੇ ਆ ਜਾਊਂਗਾ। ਚੁੱਬੀਆਂ ਆਇਓ ਤਲਾ ਦੇ ਕੰਡੇ। ਉਹ ਡੌਨ ਸਾਹਿਬ, ਤੁਹਾਨੂੰ ਕਿਸੇ ਦੀਆਂ ਪਸਲੀਆਂ ਭੰਨਣ ਵਾਸਤੇ ਭੇਜਿਆ ਸੀ, ਤੁਸੀਂ ਆਪ ਹੀ ਗੁੱਜੀਆਂ ਸੱਟਾਂ ਲਵਾ ਕੇ ਆ ਗਏ, ਤੁਸੀਂ ਡੌਨ ਟੱਟੂ ਦੇ। ਉਹ ਜ਼ਬਾਨ ਨੂੰ ਲਗਾਉਂਦੇ ਹੋਏ, ਇੱਦਾਂ ਹੀ ਇੱਕ ਵਾਰੀ ਬੁਸ਼ ਬੋਲਿਆ ਸੀ ਭਾਜੀ ਨਾਲ, ਔਖਾ ਹੋ ਗਏ ਤੇ ਭਾਜੀ ਨੇ ਅਗਲੇ ਦਿਨ ਜਹਾਜ਼ ਭੇਜ ਕੇ ਤੇ ਵਰਲਡ ਟ੍ਰੇਡ ਸੈਂਟਰ ਦਾ ਬੇੜਾ ਗਰਕ ਕਰਤਾ ਸੀ। ਉਹ ਮੇਰੀ ਗੱਲ ਸੁਣੋ, ਉਹ ਤੂੰ ਇਹਦਾ ਬੰਦਾ ਹੁੰਦਾ ਨਾ, ਮੈਂ ਤੇਰੇ ਛਾਤੀ ਲੱਤਾਂ ਮਾਰੀਆਂ ਤੈਨੂੰ ਦੱਸਾਂ, ਉਹ ਤਾਂ ਕੰਮ ਲਦੇਨ ਨੇ ਕੀਤਾ ਸੀ। ਉਹ ਤੇ ਸਾਨੂੰ ਵੀ ਪਤਾ, ਲਦੇਨ ਨੇ ਕੀਤਾ, ਲਦੇਨ ਪਹਿਲਾਂ ਸਾਡੀ ਟੀਮ 'ਚ ਹੀ ਕੰਮ ਕਰਦਾ ਸੀਗਾ ਤੇ ਉਹ ਕਰਵਾਇਆ ਭਾਈ ਸਾਹਿਬ ਨੇ ਸੀਗਾ, ਕ੍ਰੈਡਿਟ ਲਦੇਨ ਨੂੰ ਦਿੱਤਾ ਸੀ। ਉਹ ਤੂੰ ਟਾਈਗਰ ਹੋਣਾ ਨੂੰ ਕੀ ਸਮਝਿਆ? ਉਹ ਹਵਾ 'ਚ ਵੀ ਉਹ ਮਜਾਲ ਨਹੀਂ ਕਿ ਟਾਈਗਰ ਹੋਣਾ ਦੀ ਹਵਾ ਵੱਲ ਵੇਖ ਜਾਵੇ,
ਉਹ ਵੈਸੇ ਵੀ ਮੈਨੂੰ ਫੜਨ ਲਈ ਘੱਟੋ ਘੱਟ 5-7 ਹਜ਼ਾਰ ਬੰਦੇ ਦੀ ਲੋੜ ਹੁੰਦੀ ਹੈ। ਉਹ ਚੱਪ ਮਾਰ ਕੇ ਤੂੰ ਬੈਠ ਨਹੀਂ ਸਕਦਾ, ਗੱਪ ਮਾਰ ਲਗਾ ਤੂੰ ਸੰਗ ਨਹੀਂ ਕਰਦਾ। ਇੰਨੇ ਬੰਦੇ ਦਾ ਥਾਈਲੈਂਡ ਦੀ ਪੁਲਿਸ ਬਚਾਇਆ ਨਹੀਂ। ਹਾਂ ਉਹ ਤਾਈਓ ਤਾਂ ਟਾਈਗਰ ਹੋਰੀ ਆਈ ਚੋੜੇ ਹੋ ਕੇ ਤੁਰੇ ਫਿਰਦੇ ਆ, ਉਹ ਇਹਨਾਂ ਕੋਲੇ ਨੇ ਬੰਦੇ ਹੀ ਹਨੀ, ਉਹ ਫੜਨਗੇ ਕੀ ਸਾਨੂੰ। ਉਹ ਚੱਲ ਛੱਡ ਯਾਰ, ਜਿਹੜਾ ਤੁਹਾਨੂੰ ਕੰਮ ਕਰਨ ਲਈ ਭੇਜਿਆ ਸੀ ਉਹ ਹੋਇਆ ਕਿ ਨਹੀਂ? ਉਹ ਕਾਕਾ ਕੰਮ ਤਾਂ ਹੋ ਗਿਆ ਪਰ ਤੇਰੇ ਵਾਲਾ ਨਹੀਂ, ਮੇਰੇ ਵਾਲਾ ਹੋ ਗਿਆ ਹੀ। ਉਹ ਕਿਵੇਂ? ਮੈਂ ਸਮਝਿਆ ਨਹੀਂ। ਉਸ ਦਿਨ ਜਦ ਮੈਂ ਉਧਰ ਗਿਆ ਨਾ, ਮੇਰਾ ਪੈਰ ਕਿਤੇ ਅੜਿਆ ਤੇ ਮੈਂ ਡਿੱਗ ਪਿਆ। ਉਹ ਮੈਨੂੰ ਇੱਕ ਬੜੀ ਸੋਹਣੀ ਜਿਹੀ ਕੁੜੀ ਨੇ ਸਹਾਰਾ ਦਿੱਤਾ ਓਏ, ਉਹ ਮੇਰਾ ਪਸੀਨਾ ਪੂੰਝਿਆ ਉਹਨੇ ਆਪਣੇ ਨਰਮ ਨਰਮ ਹੱਥਾਂ ਨਾਲ, ਮੈਨੂੰ ਹਲਦੀ ਵਾਲਾ ਦੁੱਧ ਪਿਆਇਆ ਕਾਕਾ। ਹੋਏ 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 ਹੋਏ, ਆਏ ਹੱਥ ਲਾਇਆ, ਆਏ ਹੱਥ ਲਾਇਆ, ਆਏ ਹੱਥ ਲਾਇਆ। ਓਏ ਉਹ ਹੁਣ ਟਾਈਗਰ ਹੋਣਾ ਦੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈਗਾ, ਉਸ ਕੁੜੀ ਨੂੰ ਆਪਣਾ ਬਣਾਉਣਾ। ਉਹ ਵੱਖਰੀ ਗੱਲ ਆ ਡੌਨ ਸਾਹਿਬ, ਤੁਹਾਨੂੰ ਪਿਆਰ ਹੋ ਗਿਆ, ਪਿਆਰ ਦੇ ਚੱਕਰ 'ਚ ਹੁਣ ਆਪਾਂ ਕੰਮ ਥੋੜੀ ਬੰਦ ਕਰ ਲੈਣਾ। ਪਿਆਰ ਤਾਂ ਸੋਹਣੀ ਨੇ ਵੀ ਕੀਤਾ ਹੀ, ਇਹਦਾ ਮਤਲਬ ਇਹ ਥੋੜੀ ਕਿ ਉਹਨੇ ਘੜੇ ਬਣਾਉਣੇ ਬੰਦ ਕਰਤੇ। ਬਸ ਬਸ, ਹੁਣ ਜਿਹੜਾ ਭਾਈ ਸਾਹਿਬ ਦੇ ਵਿੱਚ ਆ ਹੁਣ ਤੇ ਮੰਜਾਈਲਾਂ ਡਿੱਗਣਗੀਆਂ। ਉਹ ਛੋਟੇ ਵੀਰ ਤੂੰ ਕਿਰਪਾ ਕਰਿਆ ਕਰੋ, ਏ ਭਾਈ ਸਾਹਿਬ ਤਾਂ ਜੇ ਗੋਲੀ ਦੀ ਗੱਲ ਕਰਦੇ, ਮਾਮਾ ਤੂੰ ਨਿੱਕੀ ਨਿੱਕੀ ਗੱਲ ਤੇ ਮਜ਼ਾਲ ਕੱਢ ਕੇ ਬਹਿ ਜਾਣਾ। ਉਹ ਕਾਕਾ ਹੁਣ ਮੇਰੇ ਤੇ ਉਸ ਕੁੜੀ ਦੇ ਪਿਆਰ ਦੇ ਵਿੱਚ ਜਿਹੜਾ ਵੀ ਆਇਆ ਨਾ, ਉਹ ਭਾਵੇਂ ਉਹਦਾ ਘਰ ਵਾਲਾ ਹੋਵੇ ਜਾਂ ਉਹਦਾ ਆਸ਼ਿਕ, ਉਹਦੀਆਂ ਹੱਡੀਆਂ ਦਾ ਸੁਰਮਾ ਨਾ ਬੈਂਕਾਕ ਦੀਆਂ ਗਲੀਆਂ ਵਿੱਚ ਵਿਕੂਗਾ। ਹਾਲੇ ਤੱਕ ਜਨਾਬ ਹੁਣਾਂ ਨੇ ਕੋਈ ਤਿਆਰੀ ਨਹੀਂ ਕੀਤੀ, ਪਰ ਬਾਹਰ ਤਾਂ ਤੁਹਾਡੇ ਬਰਥਡੇ ਦੀਆਂ ਪੂਰੀਆਂ ਤਿਆਰੀਆਂ ਚੱਲੀ ਜਾਂਦੀਆਂ। ਖੈਰ, ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਮੈਨੂੰ ਤੇਰੇ ਨਾਲ ਕੋਈ ਗਲਾ ਸ਼ਿਕਵਾ ਨਹੀਂ, ਮੈਂ ਚਾਹੁੰਦਾ ਜੋ ਵੀ ਸਾਡੇ ਵਿੱਚ ਹੋਇਆ ਤੂੰ ਵੀ ਭੁੱਲ ਜਾ, ਅੱਜ ਤੇਰਾ ਬਰਥਡੇ ਵੀ ਆ, ਤੂੰ ਦੇਖੀ ਇਸ ਖੁਸ਼ੀ 'ਚ ਨੱਚ ਨੱਚ ਕੇ ਮੈਂ ਤੇਰੇ ਘਰ ਦੀਆਂ ਕੰਧਾਂ ਵੀ ਨੱਚਣ ਲਾ ਦੂੰਗਾ। ਵੈਸੇ ਨੱਚਣ ਗਾਉਣ ਦਾ ਅਰੇਂਜਮੈਂਟ ਤਾਂ ਮੈਂ ਪਹਿਲਾਂ ਹੀ ਕਰ ਲਿੱਤਾ। ਹੈਂ, ਵੈਸੇ ਹੈ ਕੌਣ ਆ ਉਹ? ਉਹ ਤਾਂ ਤੈਨੂੰ ਆਪੇ ਹੀ ਪਤਾ ਚੱਲ ਜਾਊਗਾ। ਕੀ ਹਾਲ ਆ? ਵਧੀਆ ਵਧੀਆ, ਤੁਸੀਂ ਸੁਣਾਓ? ਓਕੇ ਤਾਂ, ਹੋਰ ਕਿਵੇਂ ਬਾਈ? ਆਲ ਗੁੱਡ, ਬਹੁਤ ਵਧੀਆ, ਬਸ ਵਧੀਆ। ਓ ਮਾਈ ਡਾਰਲਿੰਗ, ਹਾਈ ਐਵਰੀਵਨ, ਮੀਟ ਮਾਈ ਲਵ, ਮਾਈ ਲਾਈਫ, ਮਾਈ ਐਵਰੀਥਿੰਗ ਹਨੀ। ਚਲੀ, ਯਾ ਕਮ, ਆਈਲ ਸੀ ਯੂ। ਹਨੀ, ਇਹ ਹੈ ਰਾਂਝਾ, ਜਸਟ ਅ ਮਿਊਜ਼ਿਕ ਟੀਚਰ, ਐਂਡ ਮਿਸਟਰ ਰਾਂਝਾ, ਇਹ ਹੈ ਹਨੀ, ਮਾਈ ਲਵ। ਇਹ ਵੀ ਬਹੁਤ ਵਧੀਆ ਗਾਉਂਦੇ ਆ। ਮੇਰਾ ਦਿਲ ਵੀ ਹੈ ਤੇਰਾ, ਮੇਰੀ ਜਾਨ ਵੀ ਹੈ ਤੇਰੀ, ਮੈਨੂੰ ਸਮਝ ਨਾ ਕਦੇ ਵੀ ਬੇਗਾਨਾ ਸੋਣੀਏ, ਨੀ ਮੈਂ ਤੇਰੇ ਲਈ ਛੱਡ ਦੂੰ ਜ਼ਮਾਨਾ ਸੋਣੀਏ। ਮੇਰਾ ਦਿਲ ਵੀ ਤੇਰਾ, ਹਾਂ ਮੇਰੀ ਜਾਨ ਵੀ ਤੇਰੀ, ਤੈਨੂੰ ਸਮਝਿਆ ਕਦੇ ਨਾ ਬੇਗਾਨਾ ਸੋਣਿਆ, ਹਵੇ ਮੈਂ ਤੇਰੇ ਲਈ ਛੱਡਤਾ ਜ਼ਮਾਨਾ ਸੋਣਿਆ। ਤੁਹਾਡੇ ਲੋਕਾਂ ਦੀ ਭੀਖ ਮੰਗਣ ਦੀ ਆਦਤ ਗਈ ਨਹੀਂ ਹਜੇ, ਜਾਏਗੀ ਵੀ ਕਿਵੇਂ? ਬਿਕਾਜ਼ ਯੂ ਇੰਡੀਅਨਸ ਨੋ ਓਨਲੀ ਮਿਸਟਾ, ਕੰਮ ਨਾ ਆਪਣੀ ਔਕਾਤ 'ਚ ਰਹਿ ਕੇ ਕੀਤਾ ਜਾਂਦਾ ਹੈ, ਅਤੇ ਤੈਨੂੰ ਤੇਰੀ ਔਕਾਤ ਦਿਖਾਉਣ ਲਈ ਮੈਂ ਤੈਨੂੰ ਜਾਣ ਬੁੱਝ ਕੇ ਆਪਣਾ ਮਿਊਜ਼ਿਕ ਟੀਚਰ ਰੱਖਿਆ ਸੀ। ਆਪਣੇ ਅਤੇ ਮੇਰੇ 'ਚ ਡਿਫਰੈਂਸ ਤਾਂ ਦੇਖ, ਧਰਤੀ ਤੇ ਰਹਿ ਕੇ ਜਾਨੂੰ ਜੱਫੇ ਨਹੀਂ ਮਾਰੀ ਦੇ। ਦੋਸਤੀ, ਉਹ ਵੀ ਤੇਰੇ ਨਾਲ। ਦੋਸਤ ਇਹਨੂੰ ਕਹਿੰਦੇ ਆ, ਸਟਾਈਲਿਸ਼, ਡੈਸ਼ਿੰਗ, ਰਿਚ, ਜਿਹਨੂੰ ਦੁਨੀਆ ਜਾਣਦੀ ਹੈ। ਜਿਹੜੇ ਤੂੰ ਸੁਪਨੇ ਆਪਣੀ ਇਹਨਾਂ ਅੱਖਾਂ ਵਿੱਚ ਸਜਾ ਕੇ ਬੈਠਾ ਹੈ ਨਾ, ਉਹ ਅਗਲੇ 7 ਜਨਮਾਂ ਤੱਕ ਪੂਰੇ ਨਹੀਂ ਹੋਣੇ, ਕਿਉਂਕਿ ਸਮੁੰਦਰ ਦੇ ਮੋਤੀ ਹੰਸਾਂ ਨੂੰ ਨਸੀਬ ਹੁੰਦੇ ਆ, ਨਾ ਕਿ ਕਾਵਾਂ ਨੂੰ। Thank you.
हैप्पी बर्थडे जूलियट। जन्मदिन दी बहुत बहुत मुबारक। वैसे मैं तुहानू डिस्टर्ब तो नहीं सी करना चाहता, पर एक गल ही ऐसी है कि तुहानू सब नू जानना जरूरी सीगा। तुहाडे पापा ने मरण तो पहला एक डीड बनाई सी। केड़ी डीड? सानू तो किसी डीड बारे पता ही नहीं। ओही दसन आया सैंडी जी। इस डीड दे विच साफ साफ लिखा होया कि जदों जूलियट 21 साल की हो जाएगी उदों इहनू एक पंजाबी देसी मुंडे नाल विआह कराना पएगा, ते सारी जायदाद की जिम्मेवारी उस मुंडे की होएगी। उसकी मर्जी तो बिना जूलियट नू कुछ भी नहीं मिल सकता। What nonsense? Nonsense नहीं बेटा, इस डीड दे लिखण दे पिछे तुहाडे पापा दी सेंस सी। जिवें उन्होंने एक देसी कुड़ी नाल विआह करवाया सी, तुसीं भी किसी देसी पंजाबी मुंडे नाल विआह करवाओ। क्योंकि पंजाबियों की एक खासियत होंदी है, एक क्वालिटी होंदी है कि वह जिंदगी भर साथ निभाउंदे ने। ये किवें हो सकता है? ये किवें हो सकता है नहीं, ऐवें ही होना है। This is bullshit. और ऐवें ना होण दी सूरत दे विच, क्योंकि इस डीड दे विच साफ साफ लिखिया होया है कि सारी जायदाद चैरिटी नूं चली जाएगी। ए की कह रहे हो तुसी? ए मैं नहीं कह रहा सैंडी जी, ए डीड कह रही है। ए कोर्ट दे डॉक्यूमेंट्स ने, ते इहनूं दुनिया की कोई ताकत चैलेंज नहीं कर सकती। बेबे, तू मैनू जिस काम लई भेजा सी मैं वो नहीं कर सकया बेबे। मैं हार गया बेबे। तेनू मैं इत्थे हारन वास्ते नहीं सी भेजा। नाले एक गल याद रखी, जे तू अपनी मां दे दुध दा कर्ज मोड़ना है ना, ते जेड़े काम वास्ते मैं तेनू भेजा ना, वो काम कीते बिना वापस ना परती। समझ गया ना तू? मैं इत्थे नहीं रहना, नहीं रहना बेबे, मैं इत्थे नहीं रहना। वैल मैं सारी डीड अच्छी तरह पढ़ ली, मैं अफसोस नाल कहना पै रहा है एह्दे कुछ नहीं किया जा सकता। पर सर कोई तो पॉसिबिलिटी होएगी? नो मैडम, एह्दे उपर कोर्ट की मोर लग चुकी है, एह्दे खिलाफ कुछ भी नहीं किया जा सकता। वकील साहब, कोर्ट की मोहर तोड़न का कोई तो इलाज किया जा सकता है। एक्सक्यूज मी मिस्टर, जिनी तुहाडी उम्र है उस तो ज़्यादा मेरा एक्सपीरियंस है। मैं पिछले 30 साल तो कोर्ट की सेवा कर रहा, तो कदे भी कानून के खिलाफ नहीं गया। How dare you speak to me like that? Both of you leave my office right now. Get out. मैं पूछ रहा है की हो रहा है? चल मामा चलिए। किथे? जिथो आए सी। की मुंह दिखाएगा पिंड जाके? की दसेंगे अपनी मां नूं कि मैं मिशन अधूरा छड्या? वो एड्डी जल्दी हथियार सुटते? हथियार तो मामा महाभारत च एक बार अर्जुन ने भी सुटते सी। ओ यार, ओदे हथियार तो कृष्ण जी ने ज्ञान देके द्वारा चकाते सी, मैं तेरे किवें चकावां? एक्सक्यूज मी, थोनू सैंडी मैम ने बुलाया। तू हौसला रख, मैं इन्हां नाल दो हरफी गल करिया। आ गए मैम। जलील करन च अजे कोई कसर बाकी रह गई सी जिहड़ा हुण इत्थे बुलाया? खैर, की सेवा कर सकते हैं असी तुहाडी? तू बस ऐ समझ, मैं नारायण नूं अज कीड़ी दी लोड़ पै गई है। अच्छा, महलां दे मालकां नूं कूची वालिआं दी कदों तों लोड़ पैण लग गई? मैनूं पता है फुम्मन जी, तुसीं जूलियट दे बिहेवियर करके हर्ट होए हो। एक्चुअली प्रापर चाई दी मौत तों बाद मेरे लाड प्यार ने जूलियट नूं इन्ना बिगाड़ दित्ता कि वह छोटे वड्डे की तहसीब ही भुल गई। जूलियट की इस बदतमीजी लिए मैं तुहाडे कोलों माफी मांगती हाँ। वैसे भी कहिंदे ने ना, गुनाहगार नूं माफ करन वाला ज्यादा महान हुंदा है। सैंडी जी, मैनूं तुसीं होर शर्मिंदा ना करो, जल्दी मुद्दे ते आओ। एक्चुअली जूलियट के पापा की वसीयत के मुताबिक जूलियट जदों 21 साल की होएगी
ਤਾਂ ਉਸ ਨੂੰ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਕਿਸੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਨਾ ਪਏਗਾ। ਨਹੀਂ ਤਾਂ ਸਾਰੀ ਦੀ ਸਾਰੀ ਪ੍ਰਾਪਰਟੀ ਕਿਸੇ ਟਰੱਸਟ ਦੇ ਨਾਂ ਚਲੀ ਜਾਏਗੀ। ਪਰ ਅਸੀਂ ਮਾਤੜ ਤੁਹਾਡੀ ਕੀ ਮਦਦ ਕਰ ਸਕਦੇ ਹਾਂ? ਉਹ ਕੁੜਮਾ ਹਜੇ ਵੀ ਨਹੀਂ ਸਮਝਿਆ? ਸੈਂਡੀ ਜੀ ਰਾਂਝੇ ਨਾਲ ਰਿਸ਼ਤਾ ਕਰਨ ਨੂੰ ਕਹਿ ਰਹੇ ਆ? ਨਹੀਂ ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਉਮਰ ਤਾਂ ਬਹੁਤ ਫਰਕ ਆ। ਹਾਂ ਹਾਂ, ਉਹ ਤੂੰ ਐਡਾ ਭੋਲਾ ਹੈ ਨਹੀਂ ਜਿੱਡਾ ਬਣ ਜਾਂਦਾ। ਇਹ ਰਾਂਝੇ ਤੇ ਜੂਲੀਅਟ ਦੀ ਗੱਲ ਕਰ ਰਹੇ ਨੇ। ਕਿੰਨਾ ਚਿਰ ਵਕ ਕਰ ਲਓਗੇ ਸ਼ਮਾ ਤੇ ਪਰਵਾਨੇ ਨੂੰ? ਇੱਕ ਨਾ ਇੱਕ ਦਿਨ ਤਾਂ ਇੱਕ ਮਿਕ ਹੋਣਾ ਹੀ ਸੀ। ਸੈਂਡੀ ਜੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ, ਪਰ ਮੇਰੀ ਇੱਕ ਸ਼ਰਤ ਹੈ। ਰਾਂਝੇ ਤੇ ਜੂਲੀਅਟ ਦੇ ਮਿਲਾਪ ਲਈ ਮਾਮੇ ਨੂੰ ਇੱਕ ਛੱਡ, 100 ਸ਼ਰਤਾਂ ਮਨਜ਼ੂਰ ਨੇ। ਵਸੀਅਤ ਵਿੱਚ ਇੱਕ ਕਲੌਜ਼ ਇਹ ਵੀ ਹੈ ਕਿ ਵਿਆਹ ਤੋਂ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਮੁੰਡੇ ਦੇ ਨਾਂ ਤੇ ਹੋ ਜਾਏਗੀ, ਤੇ ਜੇ ਮੁੰਡਾ ਚਾਹੇ ਤਾਂ 6 ਮਹੀਨੇ ਬਾਅਦ ਉਹ ਪ੍ਰਾਪਰਟੀ ਕੁੜੀ ਦੇ ਨਾਂ ਤੇ ਕਰ ਸਕਦਾ। ਇਸ ਕਰਕੇ ਰਾਂਝੇ ਨੂੰ 6 ਮਹੀਨੇ ਬਾਅਦ ਸਾਰੀ ਦੀ ਸਾਰੀ ਪ੍ਰਾਪਰਟੀ ਜੂਲੀਅਟ ਦੇ ਨਾਂ ਤੇ ਕਰਨੀ ਪਏਗੀ। ਜੇ ਸਾਡੇ ਮੁਲਕ 'ਚ ਰਾਤੋ ਰਾਤ ਗਵਰਨਰੀ ਰਾਜ ਹੋ ਸਕਦਾ, ਤਾਂ 6 ਮਹੀਨੇ ਦੇ ਅੰਦਰ ਅੰਦਰ ਰਾਂਝੇ ਤੋਂ ਜੂਲੀਅਟ ਦੇ ਦਿਲ ਤੇ ਰਾਜ ਨਹੀਂ ਹੋ? ਸਾਨੂੰ ਇਹ ਵੀ ਸ਼ਰਤ ਮਨਜ਼ੂਰ ਹੈ। ਥੈਂਕ ਯੂ, ਬਹੁਤ ਬਹੁਤ ਮੁਬਾਰਕ ਸੈਂਡੀ ਜੀ। ਥੈਂਕ ਯੂ ਸੋ ਮਚ। ਹੈਲੋ, ਬਾਦਸ਼ਾਹ ਬਣ ਕੇ 6 ਮਹੀਨੇ ਬਾਅਦ ਨੰਗ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਅਨੰਦਪੁਰੀਆ ਸਾਹਿਬ। ਗੱਲ ਸੁਣੋ, ਸਿਰ ਤੇ ਪਤੀਲੀ ਪੁੱਠੀ ਮਾਰਨ ਵਾਲੇ ਆ। ਉਹ ਤੈਨੂੰ ਆ ਪਤੀਲੀ ਲੱਗਦੀ ਆ? ਟੋਪੀ ਪਾਈ ਆ ਟੋਪੀ। ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣੀ ਆ ਕਿ ਜਿਹੜੀ ਤੁਸੀਂ ਆ ਟੋਪੀ ਪਾਉਣ ਨੂੰ ਫਿਰਦੇ ਹੋ ਨਾ, ਇਹ ਮੈਂ ਪਹਿਣ ਨਹੀਂ ਦੇਣੀ। ਨਾਲੇ ਉਹ ਕਾਹਦੀ ਨਾਗਣ ਜਿਹੜੀ ਬੀਨ ਤੇ ਨਾ ਮੇਲੀ। ਇੱਕ ਗੱਲ ਯਾਦ ਰੱਖੀ ਕਿ ਜਿਹਨੇ ਪੱਟ ਲਈ ਉਹਦੀ ਸਹੇਲੀ। ਜਾ ਗਾ ਅੰਦਰ ਜਾ, ਛਾਤੀ ਚ ਲੱਤਾਂ ਰੱਖ ਲਈ। ਇੱਕ ਤਾਂ ਸਾਲਾ ਪਹੇਲੀਆਂ ਭੁੱਲ ਗਈਆਂ ਪਾ ਕੇ ਉਧਰ ਚਲ ਜਾਂਦਾ। ਆਰ ਯੂ ਦ ਬ੍ਰਾਈਡ? ਯੈਸ। ਪਲੀਜ਼ ਸਾਈਨ ਹਿਅਰ। ਹਿਅਰ। ਆਰ ਯੂ ਦ ਬ੍ਰਾਈਡ ਗਰੂਮ? ਯੈਸ। ਪਲੀਜ਼ ਸਾਈਨ ਹਿਅਰ। ਕੰਗਰੈਚੁਲੇਸ਼ਨਸ, ਯੂ ਆਰ ਮੈਰਿਡ ਕਪਲ ਨਾਓ। ਥੈਂਕ ਯੂ। ਮਾਮਾ, ਸਵਿਟਜ਼ਰਲੈਂਡ ਦੀਆਂ 2 ਟਿਕਟਾਂ ਬੁੱਕ ਕਰਾ ਦੇ, ਹਨੀਮੂਨ ਵਾਸਤੇ ਉੱਥੇ ਜਾਣਾ। ਅੱਛਾ, ਠੰਡ ਬਹੁਤ ਹੁੰਦੀ ਹੈ। ਤੂੰ ਇੱਥੇ ਹੀ ਕਰਦੀ ਹੈ, ਤੇਰੀ ਤਾਂ ਸੁਹਾਗਰਾਤ ਹੈ ਅੱਜ। ਹਨੀ, ਲੀਵ ਮੀ। ਲੈਟਸ ਹੈਵ ਫਨ ਬੇਬੀ। ਲੀਵ ਮੀ। ਉਧਰ ਉਹ ਗਵਾਰ ਸੁਹਾਗਰਾ ਦੀ ਸੇਜ 'ਚ ਜਾ ਕੇ ਬੈਠਾ ਹੈ, ਤੇ ਤੈਨੂੰ ਇੱਧਰ ਫਨ ਦੀ ਪਈ ਹੈ। ਪ੍ਰਾਪਰਟੀ ਵਾਸਤੇ ਮੈਂ 6 ਮਹੀਨੇ ਲਈ ਵਿਆਹ ਕੀ ਕਰਾ ਲਿਆ, ਉਹ ਤਾਂ ਸੀਰੀਅਸ ਹੋ ਗਿਆ। ਪਤਾ ਨਹੀਂ ਕੀ ਕੀ ਸੁਪਨੇ ਵੇਖਣ ਲੱਗਿਆ, ਪਰ ਸ਼ਾਇਦ ਉਹ ਭੁੱਲ ਗਿਆ ਕਿ ਮੇਰਾ ਨਾਂ ਵੀ ਜੂਲੀਅਟ ਹੈ। ਜੂਲੀਅਟ, ਹੈਲੋ। ਤੂੰ ਜਿਵੇਂ ਦੀ ਵੀ ਹੈ ਪਰ ਹੈ ਤੇ ਮੇਰੀ, ਤੇ ਮੈਂ ਤੈਨੂੰ ਬਹੁਤ ਪਿਆਰ ਕਰਦਾ। ਉਹ ਗੱਲ ਵੱਖਰੀ ਹੈ ਕਿ ਮੈਂ ਕਦੇ ਇਜ਼ਹਾਰ ਨਹੀਂ ਕੀਤਾ।
पर मैनू पूरा यकीन है कि एक दिन ऐसा आएगा जब तू भी मैनू प्यार करेंगी ते प्यार दे नाल इजहार भी करेंगी। जनाब बस करा हूं तो पेज भी भर गया दूजा चक ल जब तक मेरा ना सही बोलना नहीं सीखता उदों तक लिखी चल फुम्मन फिरोजपुरिया फुम्मन फिरोजपुरिया फुम्मन फिरोजपुरिया आ लो जनाब हो गया तुहाड़ा नाम चेते की नाम मेरा फुम्मन फिरोजपुरिया धरियो भैणू साला पिछला ठीक कीता मूहला बिगाड़ लिया प्रीतो दी बच्ची एथे की कर रही है मेरी चाह क्यों नहीं लियाई कमरे च ओ हेलो सर थोड़ा थले प्रीतो ने नहीं बनानी हुण सारे लई चाह तू बना के लेके आएंगी मैं हां तू नाले मिठा थोड़ा जा घट रखी आई यू मैड प्रीतो दे हुंदे मैं चाह बनाऊंगी नेवर बहुता चीख के बोलन दी लोड़ नहीं मैं तां पहले ही सारी रात नहीं सुता सारी रात नहीं सुता तैनू तां होश है कोई नहीं सी व्हाट डू यू मीन की मतलब है तेरा खड़ जा तैनू मतलब भी समझा देना तक्कले च तां वल रह जू पर तेरे च नहीं रहण दंदा जा चाह बना के लेके आ प्रीतो जी ओ तू फेर आ गई मैं ते ये पूछ रही सी कि लाइटर किथे है ओ गेजुआ मैनेजर दा फोन मिला भाई साहब फोन नहीं चुकया जी उन्हें तुसी हुक्म करो हेलीकॉप्टर लेके जाना है ते लम्मी रस्सी पा के उनु मगर बन के रगड़दा 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 तोड़े पैरां च लै आउना जे रगड़ के लियाना तो हेलीकॉप्टर दी की लोड़ आ साले आ गल्लां लोकां सामने करिया करो मेरे सामने नहीं भाई साहब जो तुहाडा फोन नहीं जगदा ते असीं उहदा फोन चक लियाईए यही फर्क है थोड़े च ते मेरे च ओ कल्ला फोन ही नहीं चकना मैनेजर नु भी चक लियाओ सैंडी जी भी अपनी मर्जी की मालकन है अपना दिल करू तो पानी च तीन तीन घंटे चप मार के बैठी रहू ते अज जे मैं आके उहदी सीट ते बह गया हजे तक आउण दा नां नहीं लै रही काश जे पिछों आके मेरी अखां मीच लवे ता स्वाद ही आ जावे हाए सैंडी जी मैं अखां मीचण नु कहा सी तुसीं तां मेरे मूंह ते आए कपड़ा पाता जिवें मैनूं फांसी देनी हुंदी आ सैंडी विच झोटे जिन्ना जोर कित्थों आ गया ਇਹ ਤਾਂ ਸਾਲੇ ਦੋ ਜਾਣੇ ਨੇ ਓਏ ਕਿੱਥੇ ਲੈ ਕੇ ਚੱਲੇ ਹੋ ਜਵਾਕ ਨੂੰ ਓਏ ਓਏ ਕਿੱਥੇ ਲੈ ਆਏ ਮੈਨੂੰ ਲੋ ਉਸਤਾਦ ਜੀ ਜਿੰਨੇ ਤੁਹਾਡਾ ਫੋਨ ਨਹੀਂ ਸੀ ਚੁੱਕਿਆ ਚੁੱਕ ਲਿਆਂਦਾ ਜੇ ਤੇਰੇ ਕਰਕੇ ਟਾਈਗਰ ਦੇ ਬੰਦਿਆਂ ਦੇ ਅੱਜ ਸਵਾ 13 ਮਿੰਟ ਖਰਾਬ ਹੋ ਗਏ ਪਰ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਿਆ ਉਹ ਸਾਲਿਆ ਫੋਨ ਤਾਂ ਮੈਂ ਦੱਸ ਦੂੰਗਾ ਕਿਉਂ ਨਹੀਂ ਚੱਕਿਆ ਪਹਿਲਾਂ ਇਹ ਦੱਸ ਮੈਨੂੰ ਕਿਉਂ ਚੱਕਿਆ ਉਹ ਵੱਲੇ ਹੋ ਤੇਰੇ ਉਹ ਅੱਜ ਪਹਿਲੀ ਵਾਰ ਕਿਸੇ ਨੇ ਟਾਈਗਰ ਡੌਨ ਨੂੰ ਗਾਲ ਕੱਢੀ ਆ ਉਹ ਵੀ ਸਾਲੇ ਦੀ ਉਹ ਤੇਰੀ ਓਏ ਉਹ ਤੂੰ ਤਾਂ ਮੈਨੂੰ ਸਿੱਧਾ ਸਾਲਾ ਹੀ ਕਹਿਤਾ ਸਾਲਾ ਕਹਿੰਦਾ ਮੈਨੂੰ ਸਾਲਾ ਨਾ ਕਹੋ ਸਾਲਿਆ ਤੈਨੂੰ ਸਾਲਾ ਨਾ ਕਹੀਏ ਹੋਰ ਸਾਲਿਆ ਤੈਨੂੰ ਸਾਲਾ ਕਹੀਏ ਲੈ ਫੜ ਲਓ ਮਖਾਣੇ ਤੁਸੀਂ ਇੱਕ ਗੱਲ ਨੂੰ ਰੋਈ ਜਾਂਦੇ ਜੇ ਉਹ ਇੱਕੋ ਗੱਲ 'ਚ 7 ਵਾਰੀ ਸਾਲਾ ਕਹਿ ਗਿਆ ਉਹ ਤੇਰੀ ਓਏ ਇਹਨੂੰ ਕਿਤਾ ਪਤਾ ਲੱਗਿਆ ਕਿ ਮੇਰੀਆਂ 7 ਭੈਣਾਂ ਨੇ ਓਏ ਮੈਂ ਤਾਂ ਤੇਰੀ ਆਵਾਜ਼ ਹੀ ਪਛਾਣ ਲਈ ਸੀ ਤੂੰ 7 ਭੈਣਾਂ ਦੀ ਗੱਲ ਕਰਦਾ ਓਏ ਫੱਬਣ ਫਿਰੋਜ਼ਪੁਰੀ ਨੂੰ ਤਾਂ ਤੋਚੀ ਜੇਬ ਕਤਰੇ ਦੀਆਂ 7 ਪੁਸ਼ਤਾਂ ਬਾਰੇ ਵੀ ਪਤਾ ਓਏ अच्छा ते कल दा तोची जेब कतरा अज थाईलैंड दा टाइगर डाउन बनया बैठा कल्ला थाईलैंड दा नहीं सिंगापुर मलेशिया इंडोनेशिया नु सर करके हुन डाउन होना दी तैयारी ऑस्ट्रेलिया ते न्यूजीलैंड वाल दी है ओए खोपे अरगे सिर आलिया आ पुठे कम छड जिद्दा दी तेरी शक्ल आ टिका टुका ला के किसे डेरे दा महंत बन के बैठ डाउन ते महंत अगे जुआ दस जरा मेरे बारे च नु ਭਾਈ ਸਾਹਿਬ ਜਿੱਥੇ ਖਲੋ ਜਾਣ ਉੱਥੇ ਹੀ ਲੈਣਾ ਲੱਗ ਜਾਂਦੀਆਂ ਨੇ ਇਹ ਡਾਇਲੌਗ ਤਾਂ ਅਮਿਤਾਭ ਬੱਚਨ ਦਾ ਅਮਿਤਾਭ ਬੱਚਨ ਜੀ ਭਾਈ ਸਾਹਿਬ ਨੂੰ ਫੋਲੋ ਕਰਦੇ ਨੇ ਜਦੋਂ ਲੋਕਾਂ ਨੂੰ ਕੰਮ ਪੈਂਦਾ ਨਾ ਤੇ ਲੋਕ ਦੁਬਈ ਵਾਲੇ ਭਾਈ ਸਾਹਿਬ ਕੋਲ ਜਾਂਦੇ ਨੇ ਤਾਂ ਜਦੋਂ ਦੁਬਈ ਵਾਲੇ ਭਾਈ ਸਾਹਿਬ ਨੂੰ ਕੰਮ ਪੈਂਦਾ ਉਹ ਸਾਡੇ ਟਾਈਗਰ ਸਾਹਿਬ ਕੋਲ ਆਉਂਦੇ ਨੇ ਹੋਰ ਤਾਂ ਹੋਰ ਜਿੰਨੀ ਦੇਰ ਭਾਈ ਸਾਹਿਬ ਦੁਬਈ ਨਾ ਜਾਣਨਾ ਉਨੀ ਦੇਰ ਸੋਨੇ ਦਾ ਭਾਅ ਨਹੀਂ ਖੁੱਲਦਾ ਮੈਂ ਤਾਂ ਸੁਣਿਆ ਸੋਨੇ ਦਾ ਭਾਅ ਅਮਰੀਕਾ 'ਚ ਖੁੱਲਦਾ ਉਹ ਜਿੱਥੋਂ ਮਰਜ਼ੀ ਖੁੱਲਦਾ ਵੇ ਸਾਨੂੰ ਕੀ ਲੈਣਾ ਦੇਣਾ ਪਰ ਭਾਈ ਸਾਹਿਬ ਆਇਆ ਦੁਬਈ ਜਾਂਦੇ ਨੇ ਐਨੀਆਂ ਕੋ ਬਹੁਤ ਨਾ ਜਾਂ ਹੋਰ ਸੁਣਨੀਆਂ ਨਹੀਂ ਡਾਉਣ ਦੀਆਂ ਸਿਫਤਾਂ ਨਹੀਂ ਲੱਗ ਗਿਆ ਪਤਾ ਵੈਸੇ ਵੀ ਸਿਆਣੇ ਕਹਿੰਦੇ ਨੇ ਗੰਜੇ ਬੰਦੇ ਦੀਆਂ ਤਾਂ ਜੂਆਂ ਹੀ ਨਿਮਾਣ ਹੁੰਦੀਆਂ
नाल दियां सहेलियां नूं कहिंदियां हुंदियां भैणा कदे साडे घर वी आए साडे मारबल लग्गिया। जे तू होर टीचर कीती ना ते मैं टक्कर मार के तेरी नकसीर भन दूं। वैसे तां टाइगर डॉन जी दी सपारी लै लवे उहनूं छड्डदा नहीं, पर तेरी किस्मत चंगी आ। जदन शमशेर दे कहन ते मैं तेरा घुग्गा चित करन आया सी, उसे दिन मेरा चित किसी चित चोर ते आया सी। तुहाडी मुराद सैंडी तो है। फॉर यूर काइंड इनफॉर्मेशन, तुहाडे ते सैंडी दे प्यार दा रोड़ा फुम्मण फिरोजपुरिया कल्ला ही नहीं, एक छोटी जी रोड़ी होर भी आ। शमशेर टाइगर ते सैंडी दे विचकार जड़ा आऊगा, समझ लो ढेर। ਉਹ ਜੇ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਸੀ ਤੇ ਘਰੇ ਕੱਢ ਲੈਂਦਾ, ਇੱਥੇ ਮੈਨੂੰ ਕਿਉਂ ਸੱਦਿਆ ਮਕਬੂਲਪੁਰੀਆ ਸਾਹਿਬ? ਅੱਜ ਤੂੰ ਜਿੰਨੇ ਮੇਰੇ ਪੁੱਠੇ ਸਿੱਧੇ ਨਾਂ ਰੱਖਣੇ ਆ ਰੱਖ ਸਕਦਾ, ਮੈਂ ਬਿਲਕੁਲ ਮਾਇੰਡ ਨਹੀਂ ਕਰੂੰਗਾ ਸਕੂਲਾਂ 'ਚ ਜਵਾਕਾਂ ਨੂੰ ਗੋਲੇ ਵੇਚਣ ਵਾਲਿਆ। ਖਰਾ ਅੱਜ ਤੈਨੂੰ ਸਿਰਫ ਇਹ ਦੱਸਣ ਲਈ ਮੈਂ ਸੱਦਿਆ ਕਿ ਇੱਕ ਤੇ ਇੱਕ 11 ਹੁੰਦੇ ਆ। ਅਤੇ ਐਡੀ ਕਿੱਡੀ ਗੱਲ ਹੈ ਤਾਂ ਜਵਾਕਾਂ ਨੂੰ ਪਤਾ ਇੱਕ ਤੇ ਇੱਕ 11 ਹੁੰਦੇ ਆ। ਫਿਰ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ ਹੜ੍ਹ ਆਉਂਦੇ ਆ ਖੁੱਡਾਂ 'ਚ ਪਾਣੀ ਭਰ ਜਾਂਦਾ, ਫਿਰ ਸੱਪ ਤੇ ਨਿਓਲਾ ਆਪਸੀ ਦੁਸ਼ਮਣੀ ਭੁੱਲ ਕੇ ਕਿਸੇ ਉੱਚੇ ਪੱਥਰ ਤੇ ਜਾ ਕੇ ਬਹਿ ਜਾਂਦੇ ਆ ਕਿ ਆਪਸੀ ਲੜਾਈ ਕਦੇ ਫੇਰ ਲੜ ਲਾਂਗੇ, ਪਹਿਲਾਂ ਪਾਣੀ ਉੱਤਰ ਲੈਣ ਦੀ ਹੈ। ਇਹ ਤਾਂ ਮੈਨੂੰ ਪਤਾ ਤੇ ਸੱਪ ਕੌਣ ਹੈ ਨਿਆਲਾ ਕੌਣ ਹੈ, ਪਰ ਆ ਜਿਹੜਾ ਤੀਜਾ ਹੜ ਬਣ ਕੇ ਆਇਆ ਇਹ ਕੌਣ? ਤੀਸਰੇ ਦਾ ਨਾਂ ਟਾਈਗਰ ਤੋਚੀ, ਜਿਹਨੂੰ ਤੂੰ ਸੁਪਾਰੀ ਦਿੱਤੀ ਸੀ ਮੈਨੂੰ ਚੁੱਕਣ ਦੀ, ਪਰ ਹੁਣ ਉਹ ਮੇਰੇ ਨਾਲ ਦੁਸ਼ਮਣੀ ਭੁੱਲ ਚੁੱਕਿਆ, ਹੁਣ ਉਹਦਾ ਰੁੱਖ ਸੈਂਡੀ ਜੀ ਦੇ ਮੁੱਖ ਵੱਲ ਆ। ਸੈਂਡੀ ਵੱਲ? ਹਾਂ, ਦੇਖੀ ਕਿਤੇ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਾਜ਼ੀ ਨਾ ਮਾਰ ਜਾਵੇ। ਤਾਂ ਇਹ ਗੱਲ ਆ, ਸਾਡੀ ਬਿੱਲੀ ਸਾਨੂੰ ਮਿਆਉਂ, ਹੁਣ ਵੇਖੀ ਸ਼ਮਸ਼ੇਰ ਦੀਆਂ ਪਹੁੰਚਾਂ, ਇਹਨੂੰ ਮੈਂ ਕੁੱਤੇ ਠੀਕਰ ਪਾਣੀ ਪਿਆਉਂ, ਇੱਕ ਹਫ਼ਤੇ ਦੇ ਅੰਦਰ ਅੰਦਰ ਡਿਪੋਰਟ ਕਰਾਉਂ। ਜਹਾਜ ਭਾਜੀ ਜਹਾਜ ਜਮਾਨੇ ਗਏ, ਉਹ ਸਾਈਕਲ ਖਲੋਤਾ ਜੇ ਤੇਰਾ ਬੇੜਾ ਤਰ ਜਾਵੇ। ਜਿਹੜਾ ਕੰਮ ਮੈਂ ਤੁਹਾਨੂੰ ਕਿਹਾ ਸੀ ਉਹ ਕਰਤਾ? ਮੈਮ ਸਾਰੇ ਹੋ ਗਏ ਜੀ। ਤੁਸੀਂ ਚਿੰਤਾ ਨਾ ਕਰੋ ਜੀ, ਮੇਰੇ ਹੁੰਦੇ ਆ। ਪੂਆ ਜੀ, ਹਾਂ, ਮੈਂ ਨਿਊ ਕਾਰ ਬੁੱਕ ਕੀਤੀ ਹੈ, ਤੁਸੀਂ ਕਿਸੇ ਨੂੰ ਸ਼ੋਰੂਮ ਭੇਜ ਕੇ ਪੇਮੈਂਟ ਕਰਾ ਦਿਓ। ਵੈਰੀ ਗੁੱਡ। ਸ਼ਮਸ਼ੇਰ ਜੀ, ਜ਼ਰਾ ਗੱਡੀ ਦੀ ਪੇਮੈਂਟ ਕਰ ਦਿਓ। ਤੁਹਾਡੇ ਅੱਗੇ ਮੇਰੀ ਮਿਹਨਤ ਆ, ਗੱਡੀ ਦੀ ਪੇਮੈਂਟ ਬਾਅਦ 'ਚ ਕਰਾ ਲਈਓ, ਪਹਿਲਾਂ ਮੇਰੀ ਪੇਮੈਂਟ ਕਰਾਓ। ਪੁੰਮਣ ਰੋਕੀ ਖੜਾ। ਕਿਉਂ? ਆਖਿਰ ਨਿੱਕੀ ਜੀ ਗੱਲ ਪਿੱਛੇ ਵੀ ਮੇਰਾ ਨਾਂ ਨਹੀਂ ਸਹੀ ਲੈਂਦਾ, ਹੁਣ ਤੁਸੀਂ ਆਪਣਾ ਨਾਂ ਹੀ ਇੰਨਾ ਟਫ ਰੱਖ ਲਿਆ, ਇਹਦੇ ਵਿੱਚ ਮੇਰਾ ਕੀ ਕਸੂਰ ਆ? ਮੇਰੇ ਕੋਲ ਤਾਂ ਕਈ ਵਾਰੀ ਮੈਡਮ ਬਲੈਕ ਕੌਫੀ ਖਾਣ ਲਈ ਪੈਸੇ ਨਹੀਂ ਹੁੰਦੇ। ਬਲੈਕ ਕੌਫੀ ਖਾਈ ਦੀ ਨਹੀਂ ਹੈ, ਬਲੈਕ ਕਾਫੀ ਪੀ ਦੀ ਆ। ਬਸ ਉਹੀ ਮੈਮ ਜੋ ਤੁਸੀਂ ਕਹਿ ਰਹੇ ਆ। ਓਹੋ, ਤੇ ਫਿਰ ਕੌਣ ਕਰੂਗਾ ਪੇਮੈਂਟ? ਮੈਂ ਕਰੂੰਗਾ। ਹਾਂ, ਉਹ ਤਾਂ ਤੂੰ ਕਰੇਂਗਾ ਹੀ, ਪਰ ਉੱਥੇ ਜਿੱਥੇ ਮੇਰੀ ਮਰਜ਼ੀ ਹੋਊਗੀ। ਓ ਸ਼ਟ ਅਪ, ਬਕਵਾਸ ਬੰਦ ਕਰ ਤੇ ਪੇਮੈਂਟ ਕਰ। ਓਏ ਹੋਏ ਹੋਏ, ਇੰਨੀ ਮਾੜੀ ਸ਼ਬਦਾਵਲੀ, ਉਹ ਵੀ ਆਪਣੇ ਘਰ ਵਾਲੇ ਲਈ। ਮੈਨੇਜਰ ਸਾਹਿਬ, ਕੋਈ ਪੇਮੈਂਟ ਨਹੀਂ ਕਰਨੀ, ਸਾਰੀਆਂ ਗੱਡੀਆਂ ਵੇਚ ਕੇ ਸਿਰਫ ਇੱਕ ਗੱਡੀ ਰੱਖੋ। ਇੱਥੇ ਗੱਡੀਆਂ ਦੀ ਲਾਈਨ ਲਾਈ ਆ, ਇਹ ਕੋਈ ਟੈਕਸੀ ਸਟੈਂਡ ਆ? ਹੇ ਬੇਬੀ, ਕੀ ਗੱਲ, ਇੰਨੀ ਗੁੱਸੇ 'ਚ ਕਿਉਂ ਹੈ? ਮੈਨੂੰ ਇੱਕ ਸਪੋਰਟਸ ਕਾਰ ਪਸੰਦ ਆਈ ਸੀ, ਪਰ ਉਸ ਗਵਾਰ ਨੇ ਨਾ ਪੈਸੇ ਨਹੀਂ ਦਿੱਤੇ ਜਿਵੇਂ ਉਹਦੇ ਪਿਓ ਦੇ ਹੋਣ। ਯੂ ਆਰ ਰੋਂਗ, ਤੂੰ ਮੈਨੂੰ ਦੱਸ ਦਿੰਦੀ, ਮੈਂ ਉੱਥੇ ਆ ਕੇ ਉਹਦੇ ਦੋ ਥੱਪੜ ਮਾਰਨੇ ਸੀ ਤੇ ਤੈਨੂੰ ਪੈਸੇ ਦਵਾ ਦੇਣੇ ਸੀ। ਨਹੀਂ ਹਨੀ, ਯੂ ਡੋਂਟ ਨੋ, ਉਹ ਅੱਜ ਕੱਲ੍ਹ ਇੰਨਾ ਇਰੀਟੇਟ ਕਰ ਰਿਹਾ ਮੈਨੂੰ, ਇੰਨਾ ਜ਼ਿਆਦਾ ਕਿ ਬਹੁਤ ਐਟੀਟਿਊਡ ਆ ਗਿਆ ਉਹਦੇ 'ਚ। ਚਿਲ ਮਾਰ, let's have a drink together. Waiter, two shots. Cheers. Hey. What? Let's dance. Get lost. You know what? You're not paying attention towards me. Come on, let's dance. Leave me. Come, baby. Me? Come. What are you doing?
मैं ना हुणे सिस्टर नूं भेजदी आं। ਕਿਵੇਂ ਆਈ? ਮੈਂ ਇੱਥੇ ਕਦੋਂ ਤੋਂ ਹਾਂ? ਤੂੰ ਤਾਂ ਮਰ ਗਈ ਸੀ, ਪਰ ਤੁਹਾਡੇ ਹਸਬੈਂਡ ਨੇ ਤੁਹਾਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆ। ਰੀਅਲੀ, ਪਹਿਲੀ ਵਾਰੀ ਵੇਖਿਆ ਇੰਨਾ ਪਿਆਰ ਕਰਨ ਵਾਲਾ ਇਨਸਾਨ। ਯੂ ਆਰ ਸੋ ਲੱਕੀ। ਥੈਂਕ ਯੂ। ਗੈਟ ਵੈਲ ਸੂਨ ਡਾਰਲਿੰਗ, ਆਈ ਐਮ ਬਿਜ਼ੀ। Can't come to see you. Your love, honey. Pehli vari vekhi, enna pyar karan wala insaan. You are so lucky. ਇਹਦਾ ਕੋਈ ਇਲਾਜ ਕਰਨਾ ਪੈਣਾ ਹੈ। ਰਾਂਝੇ, ਆ ਤੂੰ ਕੀ ਵਜਾਉਂਦਾ ਰਹਿੰਦਾ ਦੇਸੀ ਜਿਹਾ ਇੰਸਟਰੂਮੈਂਟ?
गिटार बजाया कर, बहुत रोमांटिक होंदा। ये कोई देसी जा साज नहीं, इहदे च पंजाब दी रूह वसदी है। इहदी खासियत पता की है? ये तू भी उंगलां नाल नहीं, दिल दीआं गहराइआं नाल वजदी है। ते जदों ये वजदी है ना, प्यार दीआं तंदां छेड़दी है। ये तू की बोली जाना, मेरे तो कुछ समझ नहीं आता। तैनू उस दिन समझ लगनी है जदों तैनू भी मेरे नाल दिलों प्यार हो गया। ते उस दिन तैनू ये तू भी वजाउण दी लोड़ नहीं पैनी, प्यार दीआं तंदां नाल अपने आप वजूगी। हाँ जी, बुलाया तुसी? प्रीतो, मैं जानता तेनू पैसे की बहुत लोड़ है और मैं तेरी पैसे की लोड़ पूरी कर सकता। प्रीतो पैसे पिछे कुछ भी कर सकती है हनी, कम छोटा होवे या वड्डा कोई फर्क नहीं पैंदा। तू सिर्फ कम दस, करना की है? प्रीतो, तू जानती है मैं जुलियट नू कितना प्यार करता, और रंजा मेरे रस्ते दा रोड़ा बनया होया, ओनू हटाना है। पर हनी, उन्हां दोवां दा ते प्यार ही बहुत है अजकल, ये सारा कुछ हो किवें? सूरज पछम चौक में चढ़ाया। सोनी लग रही है मैं? नहीं नहीं, सोनी नहीं, बहुत ज्यादा सोनी लगती है। पंजाबी सूट तेरे ते बहुत सोहना लगता, जी तो करता तेनू वेख ही जावा, तेरे कोल ही बैठा रहा। पर एक जरूरी काम लई मैनू बाहर जाना पैना, तू तो इदा ही बन ठण के मेरी वेट करी। ओके, बट जल्दी आ जी, मैं तेरा वेट करूंगी। की होया? सुखता है? तू रो क्यों रही है? नाले की होया प्रीतो तेनू? ज्यादा पोला ना बन, इन्नी माड़ी करतूत कर दिया होया तेनू शर्म नहीं आई? माड़ी करतूत? पर मैं कीता की भुआ जी? खबरदार खबरदार, जे मैनू भुआ क्या था, एक नौकरानी दी इज्जत ते हाथ पांदिया होया तेनू शर्म नहीं आई? इज्जत नू हाथ पा लिया? की कह रहे हो जूलियट? ये सब झूठ है। झूठ है? तेनू ये सब कर दिया, असी अपनी अखां नाल वेख्या। तेनू जरूर कोई गलतफहमी हुई है, तेनू तो पता ना मैं तेनू कितना प्यार करदा जूलियट। जे तेनू प्यार दा मतलब पता हुंदा ता तू इन्नी घटिया हरकत कदे भी ना करदा। शकल नहीं वेखना चाहुंदी मैं तेरी, अज तो बाद मर गया तू मेरे लिए। इन्नी बेइज्जती होण तो बाद भी खड़ा, शर्म नहीं आंदी तेनू? दफा हो जा। बस बहुत हो गया,
मैं सब कुछ बर्दाश्त कर सकता पर अपने किरदार दे उत्ते लगी हुई एडी वड्डी तोहमत बर्दाश्त नहीं कर सकता। अज मैं तेनू दसदा मैं इत्थे क्यों आया सी। मैं इत्थे तेरे पैसिया करके नहीं सी आया। अज तो 15 साल पहलां दी गल है। मैं क्या जी जो मैं सोच रही हूँ तुसी भी वही सोच रहे हो? हाँ हाँ मैं भी वही सोच रहा जो तू सोच रही है। भैन जी जे ऐदा हो जाए ना तो बहुत ही वधिया गल है। बिल्कुल जी मेरी जूलियट थोड़े घर दी नूह बने एतो भला वधिया होर केड़ी गल हो सकती है। नाले मेनू भी अपनी मिट्टी नाल जुड़िया होया मुंडा चाहिदा सी ते रांझे तो वधिया होर केड़ा हो सकदा। ते जदों आपां वड्डे होए मेरी मां ने तेरे घरे फोन कीता ते फोन तू चक्या। हैलो। हैलो संडे बोल दी? नहीं पुआ ता करने है। अच्छा अच्छा तू जूलियट बोल दी है? पुत मैं रांझे दी बेबे बोल दी है पिंड तो। व्हाट केड़ा रांझा केड़ा पिंड? नहीं पुत ऐदा नहीं बोली दागा बचपन च ना थोड़ा रिश्ता तय किया सीगा। व्हाट ते मैं तेरी सास बोल दी है। ओह प्लीज अपनी ना औकात रह के गल करो। मैं थाईलैंड दी बिलियनेयर। थोड़े पेंडू मुंडे नाल व्याह कराऊंगी? माय फुट फिर मेरी माँ ने मैनू ते मामे नू तेनू लैके आने लई इत्थे भेजिया। इसे करके मैं सारा कुछ बर्दाश्त करता रहा पर हुण तां गल हदों वध गई। तू मेरे किरदार ते शक कीता? चंगा होया मेरिया अखा खुल गईयां तेरी आ असलियत वेख के। चला जा इत्थों गेट लॉस्ट। इतिहास गवाए सरदारां ने अज तक जितां बचाईयां ने कदे लुटियां नहीं। मैं अज तो बाद तेरी शक्ल नहीं देखना चाहुंदा। जा रहा मैं अपने पंजाब। मामा हुण किन्नी क दारू पी जाएगा? रांझे इह सारा कुछ फिल्मां च ही हुंदा पर असल जिंदगी च इक शकल ते दो इंसान नहीं हो सकते। मामा हुण चाहे ना हुण मैं सारा कुछ भुल चुकिया। हुण तू भी भुल जा। तू भुल सकदा पर मत्थे ते लग्या कलंक मैं नहीं भूल सकता। यह तो आपां नूं पता भी तू तां की अपनी सत पुश्तां च कोई घटिया हरकत नहीं कर सकता पर किता किता मूंह बंद करांगे। जे रब है एक ना एक दिन उस शख्स नूं जरूर नंगिया करू जिन्हें तेरे खिलाफ यह साजिश रची है। मैडम जी पुलिस नू ना बुलाइयो
मेरी पूरी जिंदगी बर्बाद हो जाऊ मैडम जी, पुलिस नु ना बुलाइयो, मैं थोनू सारा कुछ सच सच दस दी हां। उस दिन जो भी होया सी उहदे च रांझे दा कोई कसूर नहीं सी, रांझा बेकसूर है मैडम जी। एक शकल दे दो बंदे मैनू बनाने आते हैं। गुड जॉब। उस दिन हनी ने रांझे वर्गा मुंडा बुला के रांझे नू बदनाम करन दा प्लान बनाया सी। मैनू पैसों की बहुत लोड़ सी, इस करके मैं उदिया गल्ला जा गई। सत करता डैन भी छड़ दिंदी आ, तू जेड़ी थाली च खाया उहदे च छेद कर दिता। छी, तेनू पता भी है ए तू की कीता? तू मेरी जिंदगी बर्बाद करती, तेरे करके मैं रांझे नू कितना बुरा भला बोली। सारी जिंदगी लई तू मैनू ओदिया नजरां च शर्मसार करता, शर्म नहीं आई तेनू? जूलियट कितने जा रही है? जूलियट बुआ जी उत्ते जिथे मैनू बहुत पहला चले जाना चाहिदा सी। जूलियट फिर ता पुल्या जे शाम नू घर आ जाए तो उसनू पुल्या नहीं कहते। हे मेरे मालका, जाने अनजाने बिच उस बच्चे ते लाए इल्जामा ले, सानू माफ करी। हे वाहे गुरु, तू कुल दुनिया दा वारस है, मेरी भी मुराद पूरी कर दे। मैं ते उन्हों बचपन तो ही अपने घर की नूह बना लिया सी, पर मनन तैयार ही नहीं। पर हे बख्शनहार, तू चाहे तो सब कुछ हो सकता है, थोड़ी जी कृपा कर दो ताकि मेरे भी पुत का घर वस जाए। बेबे नंगे पैरी तुर तुर के तू अपने पैरों ते छाले पवा ले, परमात्मा भी इत्थे की करू। बेबे उन्हां तिलां च तेल ही है नहीं जिन्ना चो तू कढ़ना चाहनी है। नहीं पुत, ऐदा नहीं बोलीदा हुंदा। वाहे गुरु दे घर सच्चे दिलों कीती अरदास कदे खाली नहीं जांदी, ते मैनू अपने वाहे गुरु ते पूरा भरोसा है ओ तेरी जिंदगी च जरूर आऊगी, तू फिक्र ना कर। वाहे गुरु, वाहे गुरु। तेरा तो नहीं कोई फ्रेंड आया? नाले बार भी खुला, मैं तो बार बंद करके गई सी। फिर गेट की नहीं खुले? हाँ अपना ही होना कोई। वही तो मैं कहनी है। चलो देख दे। बेबे इन्हां नूं चुप करके इत्थों चले जाओ। नहीं पुत, घर आए तो दुश्मन भी गले ला लेता, इत फिर भी अपने ने। मैनू माफ कर दो बीबी जी। मैनू माफ कर दो पुत, मैं सौं खाती सी कि जब तक तू इस घर च पैर नहीं पाएगी ना, मैं भी अपने पैरों च जुत्ती नहीं पाऊंगी। तेरी राह वेखदे वेखदे तो मेरी अखां दी निगाह चली गई। छड्ड रांझा कोई ना,
रांझिया, असी जो तेरे नाल कीता है वो माफी दे काबिल तो नहीं, पर हाथ जोड़ के तेरे तो माफी मांगती हाँ। प्लीज सानू माफ कर दे, सानू साड़ी गलती का एहसास हो गया है। प्लीज गलती का एहसास वो भी थोनू, मैनू पता तुसी जड़े मकसद नू इत्थे आए हो। बेबे जड़ी फाइल दिती सी मैं वो लेके आई जरा। हाँ लियानी है मैं। जे तेनू यह लगता मैं तेरे पैसों करके तेरे नाल विआह कराया तो यह तेरा बहुत वड्डा वहम है, क्योंकि जट को अपनी 100 किले जमीन है। शमशेर जी इन्हों की नॉलेज लिए इन्हों पढ़ के सुना दौ कि जड़ी प्रॉपर्टी लिए इतने आए हैं ना वो तो मैं इंडिया आने तो पहले ही ये वाती सी। ते बाकी रही गल प्यार मुहब्बत की, वो तेरे वस की गल नहीं, तेनों जो चाहिए सी मिल गया। हम कृपा करके जड़े राह आए हो मेरी गल मनो, उस राह वापस मुड़ जाओ, कित ना हो कि मैं भी थोड़े नाल ही वर्ताव करा जिहड़ा वर्ताओ तुसी मेरे नाल कीता सी। चल जूलियट। की होया जूलियट? चल चलिए। नहीं बुआ जी। जूलियट जिद छड़ते चल घर वापस चलिए, रांझा अजे बहुत गुस्से च है, ओदे दिल ते गहरे जख्म लगे ने, पर इंच टाइम लगेगा जूलियट। तुसी जाना है ते जाओ, मैं रांझे ते बिना नहीं जाना। मैं तेनू छड़ के किवें जा सकती हाँ? हाँ मैं तेनू लए बगैर नहीं जा सकती जूलियट। प्लीज बुआ जी प्लीज, तुसी जाओ, मैनू थोड़ी देर लई कल्ली छड़ दो प्लीज, मैं आप पे आ जाऊंगी। लभदे लभदे सारा पंजाब छान मारिया, शुक्र है तू लभ गई है। जूलियट मैनू पता लग गया उन्हें सारी प्रॉपर्टी तेरे ना कर दिती है, नहीं तो उदे मैं हाथ कड़ियां लवा देनिया सी। कुछ बोलती क्यों नहीं? हाथ कड़ी तेनू लगूगी, तेरी असलियत दा पर्दा फाश हो गया। प्रीतो ने मैनू सब कुछ दसता, तेनू लगूगी हाथ कड़ी। जे हुण मेरा पर्दा फाश हो ही गया, तैनू सब कुछ पता लग ही गया, जो मैं हुण करन वाला दैट्स गोना बी रियल बैड। चल चल हनी, चल Oh!
ਪ੍ਰਾਪਰਟੀ ਚਾਹੀਦੀ ਸੀ ਨਾ ਤੈਨੂੰ ਮੇਰੀ ਹਾਂ ਆ ਲੈ ਪ੍ਰਾਪਰਟੀ ਪ੍ਰਾਪਰਟੀ ਤਾਂ ਮਿਲ ਗਈ ਹੁਣ ਫਰਦ ਵੀ ਲੈ ਲੈ ਬੈਠਾ ਓਏ ਚੱਲ ਬੈਠ ਜੂਲੀਅਟ ਤੂੰ ਠੀਕ ਤਾਂ ਹੈ ਨਾ ਰਾਂਝਿਆ ਚੱਲ ਹੁਣ ਮੇਰਾ ਕਹਿਣਾ ਮੰਨ ਓਏ ਸੁਣ ਤਾਂ ਸਹੀ ਰਾਂਝਿਆ ਓਏ ਹੈਲੋ ਗੱਲ ਯਾਰ ਰਾਂਝਿਆ ਓ ਰਾਂਝਿਆ ਰੁਕ ਜਾ ਯਾਰ ਓ ਮੱਲਾ ਮੇਰੀ ਗੱਲ ਤਾਂ ਸੁਣ तेरी जूलियट हीर बन गई जा ले जा ਸੈਂਡੀ ਜੀ ਮੈਂ ਆਪਣੇ ਸੁਪਨੇ ਚ ਤੁਹਾਡੇ ਨਾਲ ਬਹੁਤ ਬਦਤਮੀਜ਼ੀਆਂ ਕੀਤੀਆਂ ਉਹਨਾਂ ਬਦਤਮੀਜ਼ੀਆਂ ਨੂੰ ਪੂਰਾ ਕਰਨ ਲਈ ਸਮਾਂ ਆ ਗਿਆ ਗੁੜਾਚ ਪਿੱਛੇ ਟੁਕੜੇ ਚ ਸੈਂਡੀ ਜੀ ਬੀ ਪ੍ਰੈਕਟੀਕਲ ਜਿਹੜਾ ਬੰਦਾ ਆਪਣੇ ਸੁਪਨਿਆਂ ਚ ਆਪਣੀ ਇੱਛਾ ਮੁਤਾਬਕ ਮਹਿਲ ਨਹੀਂ ਸਜਾ ਸਕਦਾ ਉਹਨੇ ਹਕੀਕਤ ਚ ਕੀ ਰੰਗ ਲਾਉਣੇ ਆ ਇੱਧਰ ਵੇਖੋ ਜਿੱਥੇ ਇਹਦਾ ਸੁਪਨਾ ਟੁੱਟਦਾ ਯਾਰਾਂ ਦੀ ਲੀਲਾ ਉੱਥੋਂ ਸ਼ੁਰੂ ਹੁੰਦੀ ਹੈ ਉਹ ਸੈਂਡੀ ਜੀ ਇਹਨਾਂ ਲੀਲਾ ਧਾਰੀਆਂ ਦਾ ਕੀ ਗਿਆ ਉਹ ਜੋ ਕੁਛ ਗਿਆ ਇਸ ਵਿਚਾਰੇ ਟਾਈਗਰ ਦਾ ਗਿਆ ਉਹ ਜਦੋਂ ਮੈਂ ਤੁਹਾਡੇ ਪਿਆਰਾਂ ਚ ਡਿੱਗ ਗਿਆ ਮੇਰਾ ਸਭ ਕੁਝ ਲੁੱਟ ਗਿਆ ਹੁਣ ਤੁਸੀਂ ਇਸ ਗੱਭਰੂ ਜਵਾਨ ਨੂੰ ਆਪਣੇ ਗੱਲ ਨਾਲ ਲਾਓ ਤੇ ਇਹਨਾਂ ਬੁੜਿਆਂ ਦੀ ਹਿੱਕ ਤੇ ਦੀਵੇ ਜਗਾਓ ਓ ਐਕਚੁਅਲੀ ਨਾ ਤੁਸੀਂ ਤਿੰਨੋਂ ਬੜੇ ਸਵੀਟ ਹੋ ਪਰ ਮੈਂ ਇੱਕ ਨਾ ਵਿਆਹ ਕਰਕੇ ਨਾ ਬਾਕੀਆਂ ਦਾ ਦਿਲ ਨਹੀਂ ਤੋੜਨਾ ਚਾਹੁੰਦੀ ਸੈਂਡੀ ਕੀ ਇਹਦਾ ਮਤਲਬ ਤੁਸੀਂ ਸਾਨੂੰ ਤਿੰਨਾਂ ਨਾਲ ਵਿਆਹ ਕਰਾਉਂਗੇ ਨਹੀਂ 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 ਵਿਆਹ ਤਾਂ ਮੈਂ ਇੱਕ ਨਾਲ ਹੀ ਕਰਾਉਂਗੀ ਤੇ ਉਹ ਇਕੱਲਾ ਹੀ ਤੁਹਾਡੇ ਤਿੰਨਾਂ ਦੇ ਬਰਾਬਰ ਹੈ ਆ ਦੇਖੋ ਇਹ ਕਿਹੜਾ ਹੋ ਜਿਹੜਾ ਸਾਡੇ ਤਿੰਨਾਂ ਦੇ ਪਿਆਰ ਦੇ ਵਿੱਚ ਗੁਰਜ ਮਾਰ ਕੇ ਖੰਡਰ ਕਰ ਗਿਆ ਹਵੇਲੀ ਜੀ ਨੇ ਪੱਟ ਲਈ ਉਹਦੀ ਸੇਲੀ ਲੈਲਾ ਛਣਕਣਾ ਹੁਣ ਸੂਰਜ ਵੀ ਵੇਖ ਵੇਖ ਕੇ ਸਜਦੇ ਮੈਨੂੰ ਕਰਦਾ ਆ ਮੁੰਡਿਆਂ ਦਾ ਚੰਨ ਮਰੇ ਤੋਂ ਤਾਈਓ ਤਾਂ ਸਰਦਾ ਆ ਪੋਣਾ ਵਿੱਚ ਖੁਸ਼ਬੂ ਗੋਲਾ ਮਿੱਠੇ ਜਦ ਬੋਲ ਮੈਂ